ਇੱਕ ਮਕਾਮ ਤੋਂ ਆਇਤ ਪਾਕ ਦਾ ਮੁਖਤਸਰ ਹਿੱਸਾ ਤਿਲਾਵਤ ਕਰਨ ਦਾ ਸ਼ਰਫ ਹਾਸਲ ਕੀਤਾ। ਦੁਆ ਹੈ ਅੱਲਾਹ ਕਰੀਮ ਆਯਾਤ ਬਯਨਾਤ ਦਾ ਸਹੀ ਮਫਹੂਮ ਮਾਨੀ ਮਤਾਲਬ ਤਰਜਮਾ ਤਫਸੀਰ ਤਸ਼ਰੀਹ ਸੁਣਾ ਮਨ ਦੀ ਅੱਲਾ ਤੋਫੀਕ ਬਖਸ਼ੇ। ਅੱਲਾ ਰੱਬੁਲ ਇੱਜ਼ਤ ਅੱਜ ਦੀ ਇਹ ਮੁਕੱਦਸ ਮਹਿਫਿਲ ਆਕਾ ਕਰੀਮ ਅਲੈਹਿ ਸਲਾਤ ਤਸਲੀਮ ਦੇ ਜ਼ਿਕਰ ਮੁਬਾਰਕ ਦੇ ਹਵਾਲੇ ਨਾਲ ਮੁੰਤਜ਼ਮੀਨ ਹਜ਼ਰਾਤ ਨੇ ਇਹਤਮਾਮ ਕੀਤਾ। ਜ਼ਵਿਲ ਇਹਤਰਾਮ ਉਲਮਾਏ ਕਰਾਮ ਹੁਫਾਜ਼ ਕਰਾਮ ਸਨਾ ਖਾਨ ਹਜ਼ਰਾਤ, ਤੁਸਾਂ ਆਪਣੀ ਸਾਰੀ ਥਕਾਵਟ ਕੋ ਛੋੜ ਕੇ ਤਮਾਮ ਗੁਨਾਹ ਕੋ ਮਸਰੂਫੀਆਤ ਕੋ ਤਰ ਕਰਕੇ ਇਹ ਮਕਾਮ ਇਨ ਪਿੰਡਾਲੋ ਤੇ ਤਸ਼ਰੀਫ ਗਿਣੇ ਵੇ। ਅੱਲਾ ਤੁਹਾਡੇ ਤਮਾਮ ਦੇ ਕਦਮ ਕਦਮ ਤੇ ਨੇਕੀਆਂ ਅਜਰੋ ਸਵਾਬ ਅਤਾ ਫਰਮਾਵੇ। ਰੱਬ ਤਾਲਾ ਦੀ ਜ਼ਾਤ ਪਾਕ ਦੇ ਪਿਆਰੇ ਮਹਿਬੂਬ ਸੱਲੱਲਾਹੁ ਤਾਲਾ ਅਲੈਹਿ ਵਅਲਿਹਿ ਵਬਾਰਕ ਵਸੱਲਮ ਦੀ ਵਿਲਾਦਤ ਬਾਸਾਦਤ ਮੱਕਾਤੁਲ ਮੁਕਰਮਾ ਦੀ ਸਰਜ਼ਮੀਨ ਦੇ ਉੱਤੇ ਅਬਰਾ ਬਾਦਸ਼ਾਹ ਦੀ ਹਮਲੇ ਤੋਂ ਬਾਅਦ 5.5 ਸਾਲ ਬਾਅਦ ਬਾਇਖਤਲਾਫ ਰਿਵਾਇਤ 6 ਸਾਲ ਦੇ ਬਾਅਦ ਆਕਾ ਕਰੀਮ ਦਾ ਜਮਣਾ ਪਾਕ ਮੱਕੇ ਪਾਕ ਦੀ ਧਰਤੀ ਦੇ ਥੇ ਜਨਨ ਤੁਹਾਡੇ ਮੇਰੇ ਮੁਸਤਫਾ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਦੀ ਵਿਲਾਦਤ ਬਾਸਾਦਤ ਥਈਏ ਤਾਂ ਉਹਦੇ ਕੋਲੋਂ 2.5 ਸਾਲ ਪਹਿਲੇ ਤੁਹਾਡੇ ਮੇਰੇ ਮੁਸਤਫਾ ਕਰੀਮ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਦੇ ਯਾਰ ਗਾਰ ਯਾਰ ਮਜ਼ਾਰ ਸੈਯਦਨਾ ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ ਸਈਂ ਦਾ ਜਮਣਾ ਥੇ। ਤਰਤੀਬ ਦੇ ਲਿਹਾਜ਼ ਦੇ ਨਾਲ ਸੈਯਦਨਾ ਹਜ਼ਰਤ ਅਬੂ ਬਕਰ ਸਿੱਦੀਕ ਸਈਂ ਪਹਿਲੇ ਜੰਮੇ, ਆਕਾ ਸਈਂ ਸੈਯਦਾ ਆਮਨਾ ਪਾਕ ਦੇ ਬਦਨੇ ਮੁਕੱਦਸੀ ਚੋਂ ਬਾਅਦ ਤਸ਼ਰੀਫ ਗਿਣਦੇ ਹੈ। ਜੇਕੋ ਅਸਾਂ ਜਟਕੀ ਜ਼ਬਾਨ ਵਿੱਚ, ਜੇਕੋ ਅਸਾਂ ਸਾਰੇ ਮੋਟੀ ਜ਼ਬਾਨ ਵਿੱਚ, ਜੇਕੋ ਅਸਾਂ ਸਾਦਾ ਲਹੁ ਜ਼ਬਾਨ ਵਿੱਚ ਈ ਆਖ ਛੋੜੇ ਨੇ ਹੈ ਕਿ ਨਬੀ ਸਈਂ ਬਾਅਦ ਜੰਮਿਨ, ਸਿੱਦੀਕ ਅਕਬਰ ਪਹਿਲੇ ਜੰਮਿਨ। ਜੇਕੋ ਈ ਵੀ ਆਖਾਂ ਵੇਂਦੇ ਜਿਹੜਾ ਪਹਿਲੇ ਜੰਮਦੇ ਉਹ ਵੱਡਾ ਹੁੰਦੇ, ਜਿਹੜਾ ਬਾਅਦ ਜੰਮਦੇ ਉਹ ਛੋਟਾ ਹੁੰਦੇ। ਹੁਣ ਕਿਉਂਕਿ ਅਗਰ ਸਰਕਾਰ ਦੀ ਜ਼ਾਤ ਦਾ ਮੁਆਮਲਾ ਨਾ ਹੋਵੇ ਹਾਂ ਤਾਂ ਵੱਲ ਅਸਾਂ ਆਖ ਦੇਵਾਂ ਕਿ ਸਿੱਦੀਕ ਵੱਡੇ ਹਨ ਔਰ ਨਬੀ ਸਈਂ ਛੋਟੇ ਹਨ, ਕਿਉਂਕਿ ਅਸਾਂ ਕਲਮਾ ਸਈਂ ਦਾ ਪੜ੍ਹੇ, ਸਰਕਾਰ ਦੇ ਅਸਾਂ ਗੁਲਾਮ ਹੈ, ਆਕਾ ਕਰੀਮ ਦੇ ਤਾਬੇਦਾਰ ਹੈ, ਤਾਂ ਕਈ ਨਾ ਕਈ ਤਨਾਜ਼ੁਰ ਨਾਲ, ਕਈ ਨਾ ਕਈ ਨੁਕਤੇ ਨਜ਼ਰ ਦੇ ਨਾਲ ਅਸਾਂ ਸਰਕਾਰ ਦੀ ਫਜ਼ੀਲਤ ਕੋ ਮੁਕੱਦਮ ਰੱਖਣਾ, ਅਸਾਂ ਆਕਾ ਸਈਂ ਦੀ ਫਜ਼ੀਲਤ ਕੋ ਪਹਿਲੇ ਸਮਝਣੇ ਔਰ ਤਮਾਮ ਲੋਕਾਂ ਦੀ ਫਜ਼ੀਲਤ ਕੋ ਅਸਾਂ ਬਾਅਦ ਵਿੱਚ ਸਮਝਣੇ, ਚਾਹੇ ਉਹ ਮੇਰੇ ਪਾਕ ਨਬੀ ਦਾ ਪਹਿਲਾ ਸਾਹਬੀ ਸਿੱਦੀਕ ਅਕਬਰ ਹੀ ਕਿਉਂ ਨਾ ਹੋਵੇ। ਸੈਯਦਨਾ ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ ਸਈਂ ਇਹ ਤੁਹਾਡੇ ਮੇਰੇ ਮੁਸਤਫਾ ਕਰੀਮ ਸੱਲੱਲਾਹੁ ਤਾਲਾ ਅਲੈਹਿ ਵਾਲੀ ਵਸੱਲਮ ਦੀ ਜੰਮਣ ਤੋਂ 2.5 ਸਾਲ ਪਹਿਲੇ ਜੰਮੇ ਔਰ ਸਰਕਾਰ ਦੀ ਜ਼ਾਤ ਪਾਕ ਬਾਅਦ ਜੰਮੇ। ਇੱਕ ਦਫ਼ਾ ਵੱਲ ਆਖਾਂ ਚਾ ਵੱਲ ਡਾਢਮ ਦੀ ਗੱਲ ਸਮਝ ਆਵੇ ਸੀ ਤਾਂ ਸਈਂ ਬਾਅਦ 'ਚ ਜੰਮੇ, ਸਿੱਦੀਕ ਅਕਬਰ ਸਈਂ ਪਹਿਲੇ ਜੰਮੇ, ਅਤੇ ਜਿਹੜਾ ਪਹਿਲੇ ਜੰਮਦੇ ਉਹ ਵੱਡਾ ਹੁੰਦੇ, ਜਿਹੜਾ ਬਾਅਦ ਜੰਮਦੇ ਉਹ ਛੋਟਾ ਹੁੰਦੇ। ਮਗਰ ਕਿਉਂਕਿ ਹੁਣ ਇੱਥਾਂ ਤਕਾਜ਼ਾ ਔਰ ਮੁਹੱਬਤ ਸਰਕਾਰ ਦੀ ਜ਼ਾਤ ਪਾਕ ਨਾਲ ਹੈ, ਹੁਣ ਈ ਸਵਾਲ ਦਾ ਸਭ ਕੁਝ ਜਵਾਬ ਅਦਬ ਦੇ ਅੰਦਾਜ਼ ਨਾਲ ਕਿਵੇਂ ਦੇਵਣਾ ਪੋਸੀ। ਤੁਹਾਡੇ ਮੇਰੇ ਮੁਸਤਫਾ ਕਰੀਮ ਦੇ ਹਨ ਚਾਚਾ, ਨਾ ਹੈ ਉਹਨਾਂ ਦਾ ਨਾਂ ਅੱਬਾਸ,
ਲੋਗੇ ਹਿਨਾ ਕੋਲੋਂ ਪੁੱਛਿਆ, ਇਹ ਦੱਸੋ ਤੁਸਾਂ ਜੋ ਚਾਚੇ ਹੀ ਵੇ ਅਤੇ ਨਬੀ ਸਾਈਂ ਤੁਹਾਡੇ ਭਰਾ ਦੇ ਪੁੱਤਰ ਤੁਹਾਡੇ ਭਤਰੀਜੇ ਹਨ, ਹੁਣ ਵੱਡੇ ਹਨ ਚਾਚੇ ਤੁਸਾਂ ਅਤੇ ਭਤਰੀਜਾ ਮੁਹੰਮਦ ਉਹ ਛੋਟਾ, ਹੁਣ ਤੁਸਾਂ ਦੱਸੋ ਵੱਡੇ ਮੁਹੰਮਦ ਨਹੀਂ ਆ ਤੁਸਾਂ ਹੀ ਵੇ? ਅੱਲਾਹ ਅਕਬਰ। ਇਹ ਆਕਾ ਕਰੀਮ ਅਲੈਹਿਸ ਸਲਾਤ ਤਸਲੀਮ ਦੇ ਵਾਲੇ ਦੇ ਗਰਾਮੀ ਕੋਲੋਂ, ਹਜ਼ਰਤ ਹਮਜ਼ਾ ਕੋਲੋਂ, ਹਜ਼ਰਤ ਅੱਬਾਸ ਕੋਲੋਂ, ਇਹ ਆਪ ਤੀਜੀ ਨੰਬਰ ਦੇ ਵੱਡੇ ਹਨ। ਔਰ ਹਜ਼ਰਤ ਅਬਦੁੱਲਾ ਆਪ ਬਿਲਕੁਲ ਅਬਦੁਲ ਮੁਤਲਬ ਦੇ ਛੋਟੇ ਪੁੱਤਰ ਹਨ। ਇਹਨਾਂ ਤੋਂ ਪਹਿਲੇ ਤ੍ਰੈ ਭਰਾ ਜੰਮ ਚੁੱਕੇ ਹਨ, ਹਜ਼ਰਤ ਅਬਦੁੱਲਾ ਸਹੀ ਬਾਅਦ ਜੰਮੇ, ਮਗਰ ਆਪ ਨੇ ਫਰਮਾਇਆ ਹੁਣ ਐਸਾ ਜਵਾਬ ਦੇਵਾਂ ਜਿਹੜਾ ਸਾਰਿਆਂ ਕੋਲਾ ਜਵਾਬ ਵੀ ਕਰ ਦੇਵੇ ਔਰ ਮੇਰੇ ਦਿਲ ਵਿੱਚੋਂ ਸਰਕਾਰ ਦੀ ਮੁਹੱਬਤ ਦਾ ਇਜ਼ਹਾਰ ਹੀ ਕਰ ਦੇਵੇ। ਆਪ ਨੇ ਫਰਮਾਇਆ ਹੁਣ ਤੁਹਾਨੂੰ ਇਹ ਜਵਾਬ ਦੇਵਾਂ ਕਿ ਵੱਡਾ ਮੈਂ ਹਾਂ ਜਾਂ ਵੱਡੇ ਮੁਹੰਮਦ ਹਨ? ਉਹਨਾਂ ਕਿ ਜੀ ਆ ਅੱਗੋਂ ਹਜ਼ਰਤ ਅੱਬਾਸ ਦਾ ਅਕੀਦਾ ਸੁਣੋ। ਆਪ ਨੇ ਫਰਮਾਇਆ ਵੱਡੇ ਮੁਹੰਮਦ ਹਨ ਪਰ ਜੰਮ ਪਹਿਲੇ ਮੈਂ ਪੀਆਂ। ਵੱਡੇ ਮੁਹੰਮਦ ਹਨ ਪਰ ਜੰਮ ਪਹਿਲੇ ਮੈਂ ਪੀਆਂ, ਤਾਂ ਇਹ ਚੀਜ਼ ਦਾ ਅੱਜ ਪਤਾ ਲੱਗ ਗਿਆ ਕਿ ਸਹਾਬਾ ਦਾ ਹੀ ਅਕੀਦਾ ਹੈ। ਕਿਉਂਕਿ ਹਜ਼ਰਤ ਅੱਬਾਸ ਨਬੀ ਸਿੰਘ ਦੇ ਸਾਹਬੀ ਹਨ, ਤਵੱਜੋ, ਹਜ਼ਰਤ ਅੱਬਾਸ ਨਬੀ ਸਿੰਘ ਦੇ ਸਾਹਬੀ ਹਨ, ਹਜ਼ਰਤ ਅੱਬਾਸ ਨਬੀ ਸਿੰਘ ਦੇ ਸਾਹਬੀ ਹਨ, ਅਤੇ ਬੰਦੇ ਸਾਡੇ ਸਾਰਿਆਂ ਕੋਲ ਪੁੱਛਦੇ ਵਧਣ, ਉਹ ਪਰੇ ਬੰਦੇ ਪੁੱਛਦੇ ਵਧਣ, ਪਰਾਏ ਬੰਦੇ ਪੁੱਛਦੇ ਵਧਣ, ਪੂਰੀਆਂ ਸੁੱਥਣ ਵਾਲੇ ਪੁੱਛਦੇ ਵਧਣ ਅਤੇ ਲੁੰਡੀਆਂ ਸੁੱਥਣ ਵਾਲੇ ਸਾਡੇ ਕੋਲ ਪੁੱਛਦੇ ਵਧਣ। ਕਦਾ ਕੋਈ ਇਹੋ ਜਿਹੀਆਂ ਤਾਂ ਦੱਸੋ ਚਾਹ ਕਿ ਕਈ ਨਬੀ ਦੇ ਸਾਹਬੀ ਨਬੀ ਦਾ ਮਿਲਾਦ ਮਨਾਇਆ ਹੋਵੇ, ਤਾਂ ਮੈਂ ਆਖੇ ਨਬੀ ਦਾ ਮਿਲਾਦ ਹੁੰਦਾ ਹੀ ਉਹ ਹੈ ਜਿਹੜਾ ਬੰਦਾ ਜ਼ਮੀਨ ਦੇ ਫਰਸ਼ 'ਤੇ ਬਹਿਤੇ ਨਬੀ ਦੀ ਸ਼ਾਨ ਦੇ ਅੰਦਰ ਕੋਈ ਇੱਕ ਜੁਮਲਾ ਹੀ ਅਲਾਵੇ ਚਾਹ ਉਹ ਆਪਣੇ ਮੁਹੰਮਦ ਦਾ ਮਿਲਾਦ ਪੜ ਛੋੜੇ। ਤਾਂ ਹੁਣ ਹਜ਼ਰਤ ਅੱਬਾਸ ਰਜ਼ੀ ਅੱਲਾਹ ਤਾਲਾ ਅਨੋ ਸਹੀ ਖੁਦ ਆਪਣੀ ਜ਼ੁਬਾਨ ਨਾਲ ਬੇਟੇ ਫਰਮੇ ਦੇਣ ਕਿ ਵੱਡਾ ਮੁਹੰਮਦ ਹੈ, ਸੁਭਾਨ ਅੱਲਾਹ, ਹੁਣ ਚਾਚਾ ਬੈਠਾ ਦੇ, ਕੌਣ ਚਾਚਾ ਬੈਠਾ ਦੇ, ਅਤੇ ਮੇਰੇ ਖਿਆਲ ਦੇ ਗਵਾਹੀ ਮੌਤਬਰ ਚੰਗੀ ਗਵਾਹੀ ਹੁੰਦੀ ਉਹ ਆਏ ਜਿਹੜੀ ਬੰਦਾ ਅੱਖੀ ਨਾਲ ਦੇਖੇ, ਕੰਨਾਂ ਨਾਲ ਸੁਣੇ, ਮੌਕੇ 'ਤੇ ਮੌਜੂਦ ਹੋਵੇ, ਉਹ ਬੰਦੇ ਦੀ ਗਵਾਹੀ ਕਵੀ ਹੁੰਦੀ ਹੈ, ਪੱਕੀ ਹੁੰਦੀ ਹੈ, ਮੁਸਤਨਦੀ ਹੁੰਦੀ ਹੈ, ਮੁਅਤਬਰ ਵੀ ਹੁੰਦੀ ਹੈ, ਅਥੈਂਟਿਕ ਵੀ ਹੁੰਦੀ ਹੈ। ਉਹਦੀ ਗਵਾਹੀ ਕੋਈ ਰੱਦ ਨਹੀਂ ਕਰ ਸਕਦਾ ਕਿਉਂਕਿ ਉਹ ਅੱਖ ਨਾਲ ਦੇਖਦਾ ਪਿਆ ਹੁੰਦੇ, ਮੌਕੇ 'ਤੇ ਹੁੰਦੇ, ਕੰਨਾਂ ਨਾਲ ਸੁਣਦੇ। ਹੁਣ ਨਬੀ ਦਾ ਖੁਦ ਦਾ ਚਾਚਾ ਹੈ, ਨਬੀ ਦੇ ਘਰ ਦੀ ਗਵਾਹੀ, ਤੇ ਵੱਡੇ ਬਜ਼ੁਰਗ ਫਰਮਾਉਂਦੇ ਨੇ ਅਲ ਫਦਲੁ ਮਾ ਸ਼ਾਹਿਦਤ ਬਿਹਿਲ ਆਦਾ, ਗਵਾਹੀ ਓਈ ਸੱਚੀ ਗਵਾਹੀ ਹੁੰਦੀ ਹੈ ਜਿਹੜੀ ਕਹੀਂ ਦੁਸ਼ਮਣ ਦੇ ਮੂੰਹ ਹੀ ਚੋਂ ਨਿਕਲ ਵਣੇ। ਹੁਣ ਇਹ ਸਾਡੇ ਨਬੀ ਸਿੰਘ ਦੀ ਸਦਾਕਤ ਥੋੜੀ ਹੈ, ਆਪਣੇ ਤਾਂ ਆਪਣੇ, ਸਾਡੇ ਤਾਂ ਨਬੀ ਕੋ ਦੁਸ਼ਮਣ ਹੀ ਮੰਨਦੇ ਹਨ, ਸਾਡੇ ਨਬੀ ਕੋ ਤਾਂ ਦੁਸ਼ਮਣੀ ਮੰਨਦੇ ਹਨ। ਜਿਹੜੇ ਸਰਕਾਰ ਦੀ ਜਾਤ ਪਾਕ ਨੇ ਮੱਕਾ ਪਾਕ ਵਿੱਚ ਨਬੂਵਤ ਦਾ ਐਲਾਨ ਕੀਤਾ, ਇਹ ਦੁਸ਼ਮਣ ਕਿਵੇਂ ਮੰਨਦੇ ਹਨ? ਇਹ ਗੱਲ ਕੋ ਸੁਣੋ ਚਾਹ ਕਿ ਆਕਾ ਦੀ ਜਾਤ ਪਾਕ ਫਰਮਾ ਮੈਂ ਨਬੀ ਹਾਂ, ਤਾਂ ਅਬੂ ਜਹਲ ਨਬੀ ਸਿੰਘ ਕੋਲ ਆ ਗਿਆ ਜਿਹੜਾ ਜੱਦੀ ਪੁਸ਼ਤੀ ਨਬੀ ਸਿੰਘ ਦਾ ਦੁਸ਼ਮਣ ਆਈ। ਅਬੂ ਜਹਲ ਜਿਹੜੇ ਆਇਆ ਤਾਂ ਈ
ਆ ਕੇ ਸਰਕਾਰ ਦੀ ਖਿਦਮਤ ਵਿੱਚ ਇਵੇਂ ਮੁੱਠ ਘੁੱਟੀ ਵਧੇ ਅਤੇ ਅਗਰ ਤੂੰ ਨਬੀ ਹੈ ਦਾ ਦੱਸਾਂ ਮੇਰੀ ਮੁੱਠ ਵਿੱਚ ਕਿਆ ਹੈ। ਅਗਰ ਤੁਸਾਂ ਨਬੀ ਹੋਵੇ ਤਾਂ ਇਹੋ ਕੁਝ ਰਸਾ ਉਹ ਚਾ ਮੇਰੀ ਬੰਦ ਮੁੱਠ ਚ, ਯਾਨੀ ਮੇਰੀ ਮੁੱਠ ਚ ਕਿਆ ਹੈ। ਹੁਣ ਸਰਕਾਰ ਫਰਮਾਇਆ ਬਈ ਮੈਂ ਤਾਂ ਕੋ ਆਧਾ ਨਬੀ ਹਾਂ ਤੇ ਤੁਸਾਂ ਦੇਵੇ ਤੇਰੀ ਮੁੱਠ ਚ ਕਿਆ ਹੈ। ਹੁਣ ਇਹਦਾ ਮਤਲਬ ਦੇਵੇ ਸਵਾਲ ਗੰਦਮ ਤੇ ਸਵਾਲ ਗੰਦਮ ਤੇ ਜਵਾਬ ਚੀਣਾ, ਇਹਦਾ ਮਤਲਬ ਦੇ ਉਹ ਬੰਦਾ ਸੱਟੇ ਜੁਆਰ ਤੇ ਵੱਲ ਨਿਕਲੇ ਬਾਜਰਾ, ਇਹ ਤਾਂ ਥੀ ਨਹੀਂ ਸਕਦਾ ਨਾ। ਮੈਂ ਆਧਾ ਨਬੀ ਹਾਂ ਤੁਸਾਂ ਮੇ ਕੋ ਦੇਵੇ ਬੰਦ ਮੁੱਠੇ ਚ ਕਿਆ ਹੈ। ਹੀ ਅਬੂ ਜਹਲ ਕੋਲੋਂ ਪੁੱਛਾ ਗਿਆ ਜਦਨ ਨਬੀ ਸਹੀ ਫਰਮਾ ਦਿੱਤਾ ਹੀ ਮੈਂ ਨਬੀ ਹਾਂ ਤਾਂ ਤੁਸਾਂ ਕਿਉਂ ਆਕਾਈ ਬੇਨੀ ਬੰਦ ਮੁੱਠੇ ਚ ਕਿਆ ਹੈ। ਓਏ ਜ਼ਾਲਿਮਾ ਤੈਂ ਇਹ ਸਵਾਲ ਕਿਉਂ ਕੀਤਾ ਹੈ? ਉਹ ਆ ਕੇ ਤੁਸਾਂ ਹੀ ਵੇ ਬੇ ਲੋਗ, ਮੈਂ ਹਾਂ ਅਰਬੀ ਤੇ ਅਰਬੀ ਉਹ ਨਸਾਲਾ ਤੇ ਅਰਬ ਦੇ ਵਿੱਚ ਰਹਿਣਾ, ਅਰਬੀ ਮੇਰੀ ਮਾਦਰੀ ਬੋਲੀਏ, ਅਰਬੀ ਮੇਰੀ ਮਾਲੀ ਬੋਲੀਏ, ਮੈਂ ਅਰਬੀ ਵਿੱਚ ਨਬੀ ਦਾ ਤਰਜਮਾ ਤੇ ਨਬੀ ਦਾ ਮਾਨਾ ਸਮਝਦਾ। ਨਬੀ ਹੁਕਵਾ ਦਿਨ ਜਿਹੜਾ ਲੁਕਿਆ ਹੋਇਆ ਚੀਜ਼ਾਂ ਕੋ ਦੱਸੇ, ਨਬੀ ਹੁਕਵਾ ਦਿਨ ਜਿਹੜਾ ਛੁਪਿਆ ਹੋਇਆ ਚੀਜ਼ਾਂ ਕੋ ਦੱਸ ਦੇਵੇ, ਹੁਕਮ ਨਬੀ ਆ ਦਿਨ ਮੇਰੀ ਮੁੱਠੇ ਬੰਦ ਤੇ ਬੰਦ ਦੇ ਵਿੱਚ ਇਹ ਚੀਜ਼ ਇੱਕ ਲੁਕੀ ਹੋਈ ਤੇ ਛੁਪੀ ਹੋਈ, ਅਗਰ ਇਹ ਸ਼ੈ ਇਹ ਦੱਸ ਦੇ ਸੀ ਮੇਰੇ ਕੋ ਪਤਾ ਲੱਗ ਵੇ ਸੀ ਇਹ ਨਬੀ ਹੈ। ਹੁਣ ਆਪਣੇ ਤਾਂ ਆਪਣੇ ਪਰਾਏ ਮੰਨੀ ਬੈਠੇ ਹਨ, ਅਗਰ ਇਹ ਦੱਸ ਦੇਵੇ ਤਾਂ ਨਬੀ ਹੈ। ਹੁਣ ਅੱਗੋ ਹੀ ਤਾਂ ਕਰੀਮ ਹਨ, ਆਕਾ ਸਿੰਘ ਫਰਮਾਇਆ ਜੇ ਮੈਂ ਆਧਾਂ ਬਈ ਤੇਰੀ ਮੁੱਠੇ 'ਚ ਕਿਆ ਹੈ। ਇਹ ਪੈਂਤਰਾ ਬਦਲਾ ਦੇ ਸੀ ਸ਼ੀਤਾਨ ਨੇ, ਚਲਾਕ ਥੀਂਦੇ ਅੱਗੂ ਦੀ ਸੋਚ ਡਾਢੀ ਰੱਖਦੇ। ਇਹ ਆਖਸੀ ਪੱਤੇ ਜਿੱਥੋਂ ਚੇਂਦਾ ਪਿਆ ਹਮ ਪੱਤੇ ਡੇਧਾ ਨਾ ਖੜਾ ਹੋਵੇ, ਹੈਂ ਜਿੱਥੋਂ ਚੇਂਦਾ ਪਿਆ ਹਮ ਪੱਤੇ ਉੱਥੇ ਹੀ ਡੇਧਾ ਨਾ ਖੜਾ ਹੋਵੇ, ਜਾਂ ਕਈ ਵੰਜ ਕੇ ਉਹ ਕੋਈ ਡੱਸਾ ਹੋਵੇ ਕਿ ਆਖੜੀ ਤੋਵੇ ਬਈ ਉਹ ਮੁੱਠ ਦੇ ਅੰਦਰ ਕਸ਼ੈ ਚਾਹ ਤੇ ਆਉਂਦਾ ਪਏ। ਆਕਾ ਸਾਈਂ ਫਰਮਾਇਆ ਈ ਨਿਮੀ ਆਧਾ, ਬਲਕਿ ਸਾਈਂ ਫਰਮਾਇਆ ਹੁਣ ਮੇਕੋਂ ਤਾਂ ਤੈਂ ਆਖ ਦਿੱਤਾ ਕਿ ਮੇਰੀ ਮੁੱਠੇ 'ਚ ਕਿਆ ਹੈ ਮੈਂ ਦੱਸਾਂ। ਹੁਣ ਮੈਂ ਇਹ ਤੇ ਕੋ ਆਧਾ ਉਹ ਸ਼ੈ ਦੱਸੇ ਮੈਂ ਕੌਣ ਹਾਂ। ਅੱਲਾਹ ਅਕਬਰ, ਜਿਹੜਾ ਕੁਝ ਤੇਰੀ ਮੁੱਠੇ 'ਚ ਹੈ ਅਗਰ ਉਹ ਸ਼ੈ ਦੱਸ ਦੇਵੇ ਕਿ ਮੈਂ ਮੁਹੰਮਦ ਕੌਣ ਹਾਂ, ਆਖਣ ਗਵਲ ਤੇਰਾ ਕਲਮਾ ਪੜ ਗਿਨਸਾਂ। ਆਕਾ ਦੀ ਰਾਤ ਪਾਕ ਫਰਮਾਇਆ ਵੱਲ ਮੁੱਠ ਜਿਹੜੇ ਇਹਨੇ ਮੁੱਠ ਖੋਲੀ ਤੇ ਪੱਥਰ ਖੁਦ ਮੁਹੰਮਦ ਦਾ ਕਲਮਾ ਪੜ੍ਹਦੇ ਪਏ ਆ। ਚਲੋ ਹੁਣ ਮੈਂ ਬਈ ਤਰ੍ਹਾਂ ਚ ਆਖਾਂ, ਪੱਥਰ ਹੀ ਨਬੀ ਕੋ ਸੁਣਾਣਗੇ, ਪੱਥਰ ਹੀ ਨਬੀ ਕੋ ਸੁਣਾਣਗੇ। ਇਹ ਅਸਾਂ ਜਿਹੜੇ ਘਰ ਵਿੱਚ ਆਉਂਦੇ ਹੈ ਤੇ ਕੁੱਤਾ ਭੌਂਕ ਪਾਉਂਦੇ, ਮਗਰ ਮੇਰੇ ਖਿਆਲ ਹੈ ਜਿਹੜਾ ਘਰ ਦੇ ਮਾਲਕ ਦੇ ਨਾਲ ਕੋਈ ਵੱਧਾ ਹੋਵੇ ਨਾ ਤਾਂ ਕੁੱਤਾ ਉਹ ਕੋ ਨਹੀਂ ਭੌਂਕਦਾ, ਕਿਉਂਕਿ ਕੁੱਤਾ ਸਿਆਣਾ ਥੀਂਦੇ ਨਾ, ਉਹ ਕੋ ਮਾਲਕ ਦੀ ਸੁਜਾਣ ਹੁੰਦੀ ਹੈ। ਉਹ ਆਦੇ ਜਿਹੜਾ ਮੇਰੇ ਮਾਲਕ ਦੇ ਨਾਲ ਵਧੇ ਨਾ ਇਹ ਦੁਸ਼ਮਣ ਨਹੀਂ, ਜਿਹੜਾ ਮੇਰੇ ਮਾਲਕ ਦੇ ਨਾਲ ਵਧੇ ਇਹ ਦੁਸ਼ਮਣ ਨਹੀਂ। ਹੁਣ ਮਾਲਕ ਨਾ ਖੜਾਵੇ ਤੇ ਅਸਾਂ ਹੀ ਮੈਂ ਹਵੇਲੀ 'ਚ ਵੜ ਆਉਂ ਤਾਂ ਮੇਰੇ ਖਿਆਲ ਆਦੇ ਬਕਾਟ ਲੱਗ ਤੇ ਸਾਰੇ ਗੱਲ ਪਾਏਵੇ ਸੀ, ਤਾਂ ਕੋਈ ਅੱਗਾਂ ਹੀ ਲੱਤ ਕਹਿਣਾ ਚਾਹਵਣ ਡੇ ਤੀ, ਕਦਮ ਕਹਿਣਾ ਰੱਖਣ ਡੇ ਤੀ, ਪਤਾ ਲੱਗ ਪਏ ਸੀ ਇਹ ਜਿਹੜਾ ਵੜਦਾ ਪਏ ਮੇਰੇ ਘਰ 'ਚ, ਮੈਂ ਆਪਣੇ ਮਾਲਕ ਦੇ ਨਾਲ ਵਫਾ ਕਰਨੀ ਹੈ, ਕਈ ਦੁਸ਼ਮਣ ਕੋ ਆਪਣੇ ਮਾਲਕ ਦੇ ਘਰ ਨਹੀਂ ਮੰਨਣੇ ਦਾ। ਭਾਵੇਂ ਕੁੱਤਾ ਹੋਵੇ ਉਹ ਕੋ ਮਾਲਕ ਦੀ ਸੁਜਾਣ ਹੈ,
ਭਾਵੇਂ ਕੁੱਤਾ ਹੋਵੇ ਪਰ ਉਕੂ ਮਾਲਿਕ ਦੀ ਸੁਜਾਣ ਹੈ, ਜਿਹੜਾ ਮਾਲਿਕ ਦੇ ਨਾਲ ਵੱਧਾ ਹੋ ਸੀ ਉਕੂ ਕਹਿਣਾ ਭੌਂਕ ਸੀ ਕੱਲਾ ਬੰਜੇ ਕੱਲ ਪੈ ਵੇ ਸੀ, ਭਾਵੇਂ ਪੱਥਰ ਹਨ ਪਰ ਉਹਨਾਂ ਕੋ ਮੁਹੰਮਦ ਦੀ ਸੁਜਾਣ ਆਵੇ। ਅੱਛਾ ਹੁਣ ਪੱਥਰ ਨਬੀ ਕੋ ਸੁਜਾਣ ਗਏ ਨੇ, ਖਾਲੀ ਜਾਪੁਰ ਕਰਾਂ ਚਾ ਜਾਂ ਕਰੇ ਸੋਚਾ, ਇਹ ਖਾਲੀ ਜਾ ਛੋੜਾ ਨਾ, ਤੁਸਾਂ ਵੱਡੇ ਸਿਆਣੇ ਥੀਂਦੇ ਵੇ, ਪਾਣੀ ਸਾਰਾ ਲੱਗਾ ਪਿਆ ਹੋਵੇ ਤੇ ਹਿੱਕ ਕਰੇ ਉੱਤੇ ਪਾਣੀ ਨਾ ਚੜ੍ਹੇ ਤਾਂ ਵੱਲ ਜਿਵੇਂ ਜੱਟਾਂ ਦੀ ਤਬੀਅਤ ਖਰਾਬ ਥੀ ਵੈਂਦੀ ਹੈ ਨਾ, ਤੇ ਅਗਰ ਅਸੀਂ ਅੱਧੀ ਸੱਤਰ ਛੋੜ ਦਿਓ ਤਾਂ ਮੇਰੇ ਖਿਆਲ ਦੇ ਕੁਝ ਕੁਝ ਤਾਂ ਤੋ ਕੋਈ ਥੀਮਣ ਲੱਗ ਪੈਂਦਾ ਹੋ ਸੀ, ਬਈ ਮੌਲਵੀ ਵਾਕਿਆ ਪੂਰਾ ਨਹੀਂ ਪਿਆ ਸੁਣਦਾ, ਪਤੇ ਕੋ ਅਧੂਰਾ ਆਉਂਦਾ ਹੋ ਸੀ। ਹੁਣ ਅਗਲੀ ਗੱਲ ਮੈਂ ਕਰਾਂ ਚਾ ਅੱਜ ਪਚਦੀ ਨਹੀਂ, ਕਿਉਂਕਿ ਰਬੀਉਲ ਅਵਲ ਸ਼ਰੀਫ ਦੇ ਅੰਦਰ ਗਾਲੀਆਂ ਸੋਹਣੀਆਂ ਸੋਹਣੀਆਂ ਕਰਨੀਆਂ ਪਾਉਂਦੀਆਂ ਹਨ, ਵਲ ਵੰਜ ਤੇ ਜਮਾਤ ਆਲੇ ਸੁਣਨ ਦਾ ਕੀਦਾ ਕਈ ਤੇੜ ਤਾੜੇ ਲੱਗਦਾ ਹੁੰਦੇ। ਪੱਥਰ ਨਬੀ ਕੋ ਸੁਜਾਣ ਗਏ ਮਗਰ ਮੁੱਲਾ ਹਾਲੀ ਤੱਕ ਮੁਹੰਮਦ ਕੋ ਕਹਿ ਨਹੀਂ ਸੁਜਾਣ। ਹੁਣ ਸੈਯਦਨਾ ਹਜ਼ਰਤ ਉਮਰ ਬਿਨ ਖਤਾਬ ਰਜ਼ੀ ਅੱਲਾਹੁ ਤਾਲਾ ਅਨਹੁ ਸਹੀ ਕੋਲੋਂ ਇਹ ਹਦੀਸ ਪਾਕ ਰਿਵਾਇਤ ਹੈ ਕਿ ਜਿਹੜੇ ਆਕਾ ਦੀ ਜ਼ਾਤ ਪਾਕ ਅੱਜਾਂ ਨਬੂਵਤ ਦਾ ਐਲਾਨ ਕਹਿਣਾ ਕੀਤਾ ਸੀ, ਸਰਕਾਰ ਨੇ ਅੱਜਾਂ ਕਲਮਾ ਕਹਿਣਾ ਪੜਵਾਇਆ ਸੀ, ਸਰਕਾਰ ਦੀ ਜ਼ਾਤ ਨੇ ਪਾਕ ਨੇ ਐਲਾਨ ਨਬੂਵਤ ਕਹਿਣਾ ਕੀਤਾ ਹਾਈ, ਮਗਰ ਕਰੀਮ ਆਕਾ ਦੀ ਪਾਕ ਬਾਰਗਾਹ ਵਿੱਚ ਜਿਹੜੇ ਚਲਦੇ ਚਲਦੇ ਕਰੀਮ ਆਕਾ ਦੀ ਪਾਕ ਬਾਰਗਾਹ ਵਿੱਚ ਹਜ਼ਰਤ ਸੈਯਦਨਾ ਉਮਰ ਬਿਨ ਖਤਾਬ ਰਜ਼ੀ ਅੱਲਾਹੁ ਤਾਲਾ ਅਨਹੁ ਹੁਸੈਨ ਫਰਮਾਉਂਦੇ ਨੇ ਕਿ ਮੈਂ ਮੌਲਾ ਅਲੀ ਮੁਸ਼ਕਿਲ ਕੁਸ਼ਾ ਸ਼ੇਰੇ ਖੁਦਾ ਤਾਜਦਾਰ ਹਲਾਤਾ ਰਜ਼ੀ ਅੱਲਾਹੁ ਤਾਲਾ ਅਨਹੁ ਹੁਸੈਨ ਕੋਲੋਂ ਪੁੱਛਾ, ਮੈਂ ਕਿ ਹਜ਼ੂਰ ਦੱਸੋ ਤਾਂ ਸਹੀ ਅੱਜਾਂ ਆਕਾ ਦੀ ਜ਼ਾਤ ਪਾਕ ਨੇ ਐਲਾਨ ਨਬੂਵਤ ਕਹਿਣਾ ਕੀਤਾ ਹੈ, ਮਗਰ ਜਿਹੜੇ ਤੁਸਾਂ ਟੁਰਦੇ ਹਾਵੇ ਚਲਦੇ ਹਾਵੇ ਤਾਂ ਵੱਲ ਦੱਸੋ ਤਾਂ ਸਹੀ ਕੋਈ ਐਸਾ ਵਾਕਿਆ ਹੀ ਤੁਹਾਡੀ ਅੱਖ ਦੇ ਸਾਹਮਣੇ ਆਇਆ ਹੈ ਜਿਹੜੀ ਵਜ੍ਹਾ ਤੋਂ ਤੁਸਾਂ ਦੁਨੀਆਂ ਦੇ ਉੱਤੇ ਬਹੁ ਵੱਡਾ ਇਮਾਮਾ ਕਾਇਮ ਕੀਤਾ ਹੋਵੇ। ਆਪਨੇ ਫਰਮਾਇਆ ਮੇਰੇ ਨਬੀ ਅੱਜਾਂ ਨਬੂਵਤ ਦਾ ਐਲਾਨ ਕਹਿਣਾ ਕੀਤਾ ਹਾਈ, ਮਗਰ ਜਿਹੜੇ ਪਹਾੜਾਂ ਦੇ ਨਾਲੋਂ ਸਹੀ ਲੰਘੇ ਹਾਂ ਪਹਾੜਾਂ ਵਿੱਚ ਪੱਥਰੀ ਨਬੀ ਦੀ ਜ਼ਾਤ ਤੇ ਸਲਾਮ ਪੜਦੇ ਹਨ। ਅੱਛਾ ਉਹਨਾਂ ਪਹਾੜਾਂ ਦੇ ਨਾਲੋਂ ਕੋਈ ਐਸੀ ਸ਼ਾਇਦ ਤਾਂ ਕਹਿਣਾ ਹੋ ਸੀ ਕਿ ਸਿਰਫ ਸਹੀ ਉਹਨਾਂ ਰਸਤਿਆਂ ਤੋਂ ਟੁਰਦੇ ਹੋਸੈਨ, ਉਹਨਾਂ ਤਰੀਕਾਂ ਤੋਂ ਟੁਰਦੇ ਹੋਸੈਨ, ਉਹਨਾਂ ਬੰਨਿਆਂ ਤੋਂ ਟੁਰਦੇ ਹੋਸੈਨ, ਆਖਿਰ ਆਕਾ ਦੀ ਜ਼ਾਤ ਪਾਕ ਹੂੰ ਰਸਤੇ ਦੇ ਤੋਂ ਸਿਰਫ ਖੁਦ ਤਾਂ ਮੁੰਤਖਿਬ ਕਹਿਣਾ ਕਿ ਹੀ ਰਸਤੇ ਦੇ ਤੋਂ ਸਿਰਫ ਸਾਈਂ ਟੁਰਨੇ ਸਾਈਂ ਚੱਲਣੇ, ਮਗਰ ਕਰੀਮ ਆਕਾ ਦੀ ਦਾਤ ਪਾਕ ਨੇ ਇਰਸ਼ਾਦ ਫਰਮਾਇਆ ਕਿ ਮੈਂ ਮੁਸਤਫਾ ਕਰੀਮ ਜੱਡਣ ਹੀ ਉਹਨਾਂ ਰਸਤਿਆਂ ਦੇ ਤੋਂ ਚੱਲਦਾ ਤਾਂ ਪੱਥਰ ਤੇ ਸੰਗ ਰੇਜ਼ੇ ਵੀ ਮੇਰੀ ਜ਼ਾਤ ਦੇ ਉੱਤੇ ਸਲਾਮ ਪੜ੍ਹਦੇ ਨੇ। ਹਜ਼ਰਤ ਸੈਯਦਨਾ ਮੌਲਾ ਅਲੀ ਮੁਸ਼ਕਿਲ ਕੁਸ਼ਾ ਸ਼ੇਰੇ ਖੁਦਾ ਤਾਜਦਾਰ ਹਲਾਤਾ ਰਜ਼ੀ ਅੱਲਾਹੁ ਤਾਲਾ ਅਨਹੁ ਫਰਮਾਉਂਦੇ ਨੇ ਵੱਲ ਮੈਂ ਇੱਕ ਦੀ ਮਾਰਾਂ ਸਹੀਂ ਕੋਲੋਂ ਪੁੱਛ ਗਿਦਾ, ਮੈਂ ਕਿਹਾ ਸੋਹਣਾ ਇਹ ਦੱਸੋ ਪੱਥਰ ਤੁਹਾਕੋ ਸੁਜਾਣ ਗਏ ਨਾ, ਅੱਲਾਹ ਅਕਬਰ, ਪੱਥਰ ਤੁਹਾਕੋ ਸੁਜਾਣ ਗਏ ਨਾ ਕਿ ਉਹ ਜੱਡਣ ਤੁਸਾਂ ਸਾਹਮਣੇ ਗੁਜ਼ਰ ਦੇਵੇ ਤਾਂ ਵੱਲ ਤੁਹਾਡੇ ਉੱਤੇ ਸਲਾਮ ਪੜ੍ਹਦੇ ਨੇ, ਮਗਰ ਆਕਾ ਜਿਹੜੇ ਪਹਾੜਾਂ ਦੇ ਵਿੱਚ ਛੋਟੇ ਛੋਟੇ ਪੱਥਰ ਪਿੰਨ ਕਿ ਜਿਹੜੇ ਸਲਾਮ ਪੜ੍ਹਦੇ ਪਿੰਨ ਤੁਸਾਂ ਹੀ ਉਹਨਾਂ ਕੋ ਸੁਜਣੇ ਦੇਵੇ, ਕਿਆ ਤੁਸਾਂ ਵੀ ਉਹਨਾਂ ਕੋ ਪਹਿਚਣੇ ਦੇਵੇ, ਕਿਆ ਤੁਹਾ ਕੋਈ ਇਲਮ ਹੈ? ਆਕਾ ਦੀ ਜ਼ਾਤ ਪਾਕ ਨੇ ਇਰਸ਼ਾਦ ਫਰਮਾਇਆ ਹਾਂ ਅੱਜ ਵੀ ਮੈਂ ਮੁਸਤਫਾ ਉਹ ਪੱਥਰ ਕੋ ਸੁਜਣੇ ਨਾ ਜਿਹੜਾ ਮੈਂ ਮੁਹੰਮਦ ਦੇ ਸਲਾਮ ਪੜ੍ਹਦਾ ਹੈ। ਅੱਛਾ ਹਜਰ ਨਬੀ ਦੀ ਜ਼ਾਤ ਤੇ ਸਲਾਮ ਪੜ੍ਹੇ ਸਹੀ ਕੋ ਪਤਾ ਹੈ, ਅੱਲਾਹੁ ਅਕਬਰ, ਹਜਰ ਨਬੀ ਸਹੀ ਦੀ ਜ਼ਾਤ ਤੇ ਸਲਾਮ ਪੜ੍ਹੇ
ਸਾਈਂ ਕੋ ਪਤਾ ਹੈ ਸੁੰਨੀ ਦਾ ਅਕੀਦਾ ਹੈ ਜੇ ਬਸ਼ਰੀ ਨਬੀ ਦੀ ਜ਼ਾਤ ਤੇ ਸਲਾਮ ਪੜ੍ਹੇ ਮੇਰੇ ਮੁਹੰਮਦ ਕੋਈ ਪਤਾ ਹੈ। ਚਲੋ ਹੁਣ ਇਹਦੀ ਇੱਕ ਦਲੀਲ ਲੈਵਾਂ ਚਾਹ, ਇਹਦੀ ਇੱਕ ਦਲੀਲ ਲੈਵਾਂ ਚਾਹ। ਕਿਤਨਾ ਸਾਈਂ ਸੁਣਦੇ ਨੇ, ਸੈਯਦਨਾ ਸੁਲੈਮਾਨ ਅਲੈਹਿਮੁਸਲਾਮ ਆਪ ਜਿਹਲੇ ਤਖ਼ਤ ਦੇ ਉੱਤੇ ਮੁਤਮੱਕਨ ਹਨ ਤਾਂ ਆਪ ਦਾ ਤਖ਼ਤ ਹਵਾ ਵਿੱਚ ਮੁਅੱਲਕ ਹੈ, ਔਰ ਜਿਹੜੇ ਤਖ਼ਤ ਹਵਾ ਵਿੱਚ ਮੁਅੱਲਕ ਹੈ ਔਰ ਆਪ ਕੋ ਅੱਲਾ ਦੀ ਜ਼ਾਤ ਪਾਕ ਨੇ ਇਤਨਾ ਮੁਸੱਖਰਾਤ ਦਾ ਇਲਮ ਅਤਾ ਕੀਤਾ ਹੈ ਕਿ ਹਰ ਸ਼ੈ ਆਪ ਦੇ ਕਬਜ਼ੇ ਵਿੱਚ ਹੈ। ਮਗਰ ਇੱਕ ਵਕਤ ਹਜ਼ਰਤ ਸੁਲੈਮਾਨ ਅਲੈਹਿਮੁਸਲਾਮ ਦੇ ਉੱਤੇ ਐਸਾ ਵੀ ਆਇਆ ਹੈ ਕਿ ਆਪ ਜੰਗਲ ਵਿੱਚ ਥੈਲੇ ਵਧੇ ਬੁਣਦੇ ਹਨ। ਅੱਲਾਹੁ ਅਕਬਰ, ਆਪ ਜੰਗਲ ਵਿੱਚ ਥੈਲੇ ਵਧੇ ਬੁਣਦੇ ਹਨ ਅਤੇ ਕਈ ਵਾਰੀ ਆਪ ਕੋਲੋਂ ਪੁੱਛੀਦਾ ਇੱਕ ਵਕਤ ਆਈ ਕਿ ਹਰ ਸ਼ੈ ਤੁਹਾਡੇ ਕਬਜ਼ੇ 'ਚ ਆਈ ਅਤੇ ਅੱਜ ਥੈਲੇ ਬੁਣ ਬੁਣ ਅਤੇ ਗੁਜ਼ਾਰੇ ਵਧੇ ਕਰਨ ਦੇ ਵਜ੍ਹਾ ਕਿਆ ਹੈ? ਆਪ ਨੇ ਫਰਮਾਇਆ, ਮੇਰੀ ਹਰ ਸ਼ੈ ਕਬਜ਼ੇ ਵਿੱਚ ਤਾਂ ਥੀਂਦੀ ਆਈ ਜਦਣ ਮੇਰੀ ਹੱਥ 'ਚ ਮੁਹੰਮਦ ਦਾ ਨਾਂ ਆਉਂਦਾ ਆਈ। ਆ ਫਰਮਾਇਆ ਉਹ ਕਿਵੇਂ? ਆ ਫਰਮਾਇਆ ਮੇਰੇ ਹੱਥ ਦੇ ਅੰਦਰ ਇੱਕ ਅੰਗੂਠੀ ਹੈ ਔਰ ਉਹ ਅੰਗੂਠੀ ਵਿੱਚ ਇੱਕ ਨਗ ਹੈ, ਅੰਗੂਠੀ ਵਿੱਚ ਇੱਕ ਨਗ ਹੈ, ਉਹ ਨਗ ਦੇ ਵਿੱਚ ਲਫਜ਼ ਮੁਹੰਮਦ ਹੈ। ਜਦਣ ਮੈਂ ਉਹ ਅੰਗੂਠੀ ਕੋ ਪਾ ਕੇ ਤਖ਼ਤ ਦੇ ਉੱਤੇ ਪਾਉਂਦਾ ਹਾਂ, ਵਲ ਜਿੰਨ ਵੀ ਮੇਰੇ ਕਬਜ਼ੇ 'ਚ ਹੁੰਦੇ ਹਨ, ਦੇਹ ਵੀ ਮੇਰੇ ਕਬਜ਼ੇ ਵਿੱਚ ਹੁੰਦੇ ਹਨ, ਪਰੀਆਂ ਵੀ ਮੇਰੇ ਕਬਜ਼ੇ ਵਿੱਚ ਹੁੰਦੀਆਂ ਹਨ, ਹਵਾ ਵੀ ਮੇਰੇ ਕਬਜ਼ੇ ਵਿੱਚ ਹੁੰਦਾ ਹੈ, ਫਰਿਸ਼ਤੇ ਵੀ ਮੇਰੇ ਤਾਬੇ ਹੁੰਦੇ ਹਨ, ਬੜੀਆਂ ਬੜੀਆਂ ਨਬਤਾਤੋ ਜਮਦਾਤੋ ਹਸ਼ਰਾਤੁਲ ਅਰਦ ਦੀ ਹਰ ਸ਼ੈ ਮੇਰੇ ਕਬਜ਼ੇ 'ਚ ਹੁੰਦੀ ਆਈ, ਕਿਉਂਕਿ ਵਜ੍ਹਾ ਕਿਆ ਹੈ? ਫਰਮਾ ਹੱਥ 'ਚ ਜੋ ਮੁਹੰਮਦ ਦਾ ਨਾਂ ਹੁੰਦਾ ਹੈ। ਅੱਛਾ, ਜਿਹਦੇ ਹੱਥ 'ਚ ਸਿਰਫ ਸਾਈਂ ਦਾ ਨਾਂ ਆਵੇ, ਹਰ ਸ਼ੈ ਸਾਈਂ ਦੇ ਨਾਂ ਦੇ ਅੱਗੋ ਸਿਰ 'ਚ ਝੁਕਾਵੇ ਤੇ ਜਗਣੀ ਧਰਤੀ ਦੇ ਖੁਦ ਸਾਈਂ ਆਵੇ। ਵਲ ਉਹ ਧਰਤੀ ਦਾ ਸ਼ਾਨ ਕਿਆ ਹੋ ਸੀ, ਵਲ ਇਹਦਾ ਮਕਾਮ ਕਿਆ ਹੋ ਸੀ? ਮਗਰ ਹੀ ਅੰਗੂਠੀ ਦੇ ਜ਼ਿਕਰ ਕੋ ਇਕਬਾਲ ਅਲਾਮਾ ਇਕਬਾਲ ਨੇ ਵੀ ਆਪਣੇ ਕਿਤਾਬਾਂ ਵਿੱਚ ਲਿਖ ਛੋੜੇ। ਆ ਫਰਮਾਇਆ, ਇੱਕ ਪੱਥਰ ਕੇ ਜੋ ਟੁਕੜੇ ਕਾ ਨਸੀਬਾ ਜਾਗਾ, ਖਾਤਮ ਦਸਤੇ ਸੁਲੈਮਾਂ ਕਾ ਨਗੀ ਬਣ ਕੇ ਰਹਾ। ਆ ਫਰਮਾਇਆ ਦੇਖੋ, ਇੱਕ ਪੱਥਰ ਦੇ ਟੁਕੜੇ ਦਾ ਨਸੀਬ ਕਿਵੇਂ ਜਾਗਾ ਕਿ ਉਹ ਸੁਲੈਮਾਨ ਅਲੈਹਿ ਸਲਾਮ ਦੇ ਹੱਥ 'ਚ ਨਗ ਬਣ ਤੇ ਰਿਹਾ। ਜਿਲਣ ਉਹ ਆਪ ਦੇ ਹੱਥ 'ਚ ਹੁੰਦਾ ਆਈ ਤਾਂ ਹਰ ਸ਼ੈ ਆਪ ਦੇ ਕਬਜ਼ੇ ਵਿੱਚ ਹੁੰਦੀ ਆਈ। ਮੱਤਣ ਹੁਣ ਬੈਠੇ ਬੈਠੇ ਜੱਟ ਮੇਰੇ ਉੱਤੇ ਕਵੜੀ 'ਚ ਵੰਜਣ, ਬਈ ਹੁਣਾਂ ਦੇ ਕਬਜ਼ੇ 'ਚ ਤਾਂ ਹਰ ਸ਼ੈ ਆਈ, ਅੰਗੂਠੀ ਵਿੱਚ ਨਗ ਆਉਂਦਾ ਆਈ ਅਤੇ ਅਸਾਂ ਸਾਲਿਮ ਨਬੀ ਦਾ ਕਲਮਾ ਪੜ੍ਹੀ ਬੈਠੇ ਹੈ, ਸਾਡੇ ਕਬਜ਼ੇ 'ਚ ਤਾਂ ਕਸ਼ਾ ਕਹਿ ਨਹੀਂ, ਤੁਹਾਡੇ ਕਬਜ਼ੇ 'ਚ ਢੇਰ ਸ਼ੈ ਸ਼ੈ ਹੈ, ਡਾਂਦ ਭਲਾ ਕਹੀਂ ਦੇ ਕਾਬੂ ਆਉਂਦੇ? ਬੋਲੋ ਤਾਂ ਸਹੀ, ਡਾਂਦ ਭਲਾ ਕਹੀਂ ਦੇ ਕਾਬੂ ਆਉਂਦੇ? ਮਗਰ ਛੋਟਾ ਜਿਹਾ ਜੱਟ ਦਾ ਬਾਲੀ ਡਾਂਦ ਦੀਆਂ ਵਾਗਾਂ ਜਿਰਲੇ ਪਕੜੀ ਵਧਾ ਹੋਵੇ, ਮੇਰੇ ਖਿਆਲ ਦੇ ਉਹੀ ਵੱਲ ਉਵੇਂ ਵਧਾ ਟੁਰਦਾ ਹੁੰਦੇ ਜਿਵੇਂ ਛੋਟਾ ਜਿਹਾ ਬਾਲ ਜਿੱਡੇ ਮੋੜੇ ਚਾ ਉਹੀ ਉਡਾ ਹੀ ਮੁੜਦਾ ਵੇਦਾ ਹੁੰਦੇ। ਇਹੋ ਡਾਂਦ ਆ ਦੇ ਕਡਾਂ ਤੂੰ ਮੇਕੋ ਲੀਹੇ ਦੇ ਭਜਾ, ਵੱਲ ਦੇਖ ਮੈਂ ਕਹੀਂ ਦੇ ਕਾਬੂ ਨਹੀਂ ਆਉਂਦਾ, ਅੱਜ ਜੋ ਮੈਂ ਤੇਰੇ ਆਖੇ ਵਧਾ ਲੱਗਾ ਇਹ ਤੇਰਾ ਮੂੰਹ ਨਹੀਂ, ਇਹ ਮੂੰਹ ਮੁਹੰਮਦ ਦਾ ਹੀ। ਅੱਲਾਹੁ ਅਕਬਰ। ਚਲੋ ਇੱਕ ਬਈ ਤਰ੍ਹਾਂ ਅੱਛਾ ਆਖਾਂ, ਇਹ ਰਿੱਛ, ਰਿੱਛ ਹੋਵੇ, ਸ਼ੇਰ ਹੋਵੇ, ਬਾਂਦਰੀ ਹੋਵੇ, ਇਹ ਕਿਹੜੇ ਖੂਨ ਖਾਰ ਦਰਿੰਦੇ ਹਨ, ਇਵੇਂ ਬੰਦਾ ਹੀ ਸਾਹਮਣੇ ਆ ਵਣੇ, ਮੇਰੇ ਖਿਆਲ ਦੇ ਇਵੇਂ ਚਿਘਾੜੀ ਮਾਰਨ ਚਾ, ਮੂੰਹ ਹੀ ਖੋਲਣ ਚਾ, ਤਾਂ ਮੇਰੇ ਖਿਆਲ ਦੇ ਪੂਰੇ ਬੰਦੇ ਕੋ ਇੱਕੋ ਲੁਕਮਾ ਬਣਾ ਦੇ,
ਇਹ ਤਾਂ ਡਿਕਾਰ ਹੀ ਨਾ ਦੇ ਮੈਨੂੰ, ਹੈਂ ਲੇਟਣੀ ਮਾਰਨ ਚ ਸਾਡਾ ਤਾਂ ਨਿਸ਼ਾਨ ਹੀ ਨਾ ਰਹੇ, ਮਗਰ ਕਾਇਨਾਤ ਚ ਰੱਬ ਦੀ ਜ਼ਾਤ ਪਾਕ ਨੇ ਜਿਹੜੇ ਇਹ ਮਕਾਮ ਔਰ ਇਹ ਇੱਜ਼ਤ ਔਰ ਇਹ ਸ਼ੋਹਰਤ ਅਤਾ ਕੀਤੀ ਹੈ, ਇਤਨਾ ਵੱਡਾ ਖੂਨ ਖਾਰ ਦਰਿੰਦਾ ਜੱਡਣ ਆਉਂਦੇ ਸਾਹਮਣੇ, ਵੱਲ ਛੋਟਾ ਜਿਹਾ ਮੁਸਲਮਾਨਾਂ ਦਾ ਬਾਲ ਅਗਰ ਹੁੰਦੇ ਨੱਕ ਚ ਲੂਹੇ ਦਾ ਮੇਖ ਲਾ ਤੇ ਨਕੇਲ ਲਾ ਤੇ ਤੇ ਛਿੱਕੀ ਵਧਾ ਹੋਵੇ, ਵੱਲ ਉਹ ਸ਼ੇਰ ਉਹ ਚੀਤਾ ਉਹ ਰਿੱਛ ਹੁਣ ਬੰਦੇ ਦਾ ਆਖਾ ਮਨੇ ਦਾ ਵਧਾ ਹੁੰਦੇ। ਚਲੋ ਅਗਰ ਈ ਕੋਈ ਮਨ ਵਜੋ ਤਾਂ ਠੀਕ ਹੈ, ਵਰਨਾ ਬਈ ਤਰ੍ਹਾਂ ਕਾ ਚਾਹ ਡੇ ਸਾਰੇ ਵੱਡੇ ਵੱਡੇ ਪੀਰ ਹਨ, ਵੱਡੇ ਵੱਡੇ ਪੀਰ ਹਨ, ਉਹਨਾਂ ਦੇ ਕਬਜ਼ੇ ਵਿੱਚ ਜਿੰਨ ਨਹੀਂ ਹਨ। ਹੁਣ ਤਾਂ ਪੀਰ ਜਿੰਨ ਹਨ, ਅੱਲਾਹ ਅਕਬਰ, ਕਵੜੀ ਤਾਂ ਨਹੀਂ ਵੇ ਗਿਆ ਯਾਰ ਤੁਸਾਂ, ਕਿਉਂਕਿ ਮੈਂ ਜ਼ਰੀ ਜ਼ਰੀ ਇਵੇਂ ਦੁੱਧੜ ਨਾ ਛੰਡਕਾਂ ਤਾਂ ਵੱਲ ਮੇਰੇ ਖਿਆਲ ਆ ਦੇ ਚੱਸ ਨਹੀਂ ਆਉਂਦੀ, ਅਕੀਦੇ ਦੀ ਇਸਲਾਹ ਨਹੀਂ ਥੀਂਦੀ। ਅਤੇ ਮਾਸ਼ਾਅੱਲਾ ਉਵੇਂ ਤੁਹਾਡਾ ਅਕੀਦਾ ਜੱਟਾਂ ਦਾ ਬੜਾ ਪੱਕਾ ਹੁੰਦਾ, ਕਿਉਂਕਿ ਜੱਟ ਜਿਹੜੇ ਨੇ ਖਾਲਿਸ ਸ਼ੈ ਕੋ ਡਾਢਾ ਪਸੰਦ ਕਰੇਂਦੇ ਨੇ, ਘਿਓ ਹੋਵੇ ਤਾਂ ਖਾਲਿਸ, ਮੱਖਣ ਹੋਵੇ ਤਾਂ ਖਾਲਿਸ, ਖੀਰ ਹੋਵੇ ਤਾਂ ਖਾਲਿਸ, ਅਤੇ ਮੇਰੇ ਖਿਆਲ ਦੇ ਆਕਰ ਅਕੀਦਾ ਹੀ ਹੋਵੇ ਤਾਂ ਖਾਲਿਸ, ਹਰ ਸ਼ਾਇ ਖਾਲਿਸ ਪਸੰਦ ਕਰੇਂ ਦੇਵੇ, ਅਕੀਦਾ ਹੀ ਰਲੋੜ ਮਲੋੜ ਪਸੰਦ ਨਾ ਕੀਤਾ ਕਰੋ, ਜ਼ਰੀ ਖਾਲਿਸ ਹੋਵੇ, ਅਤੇ ਪੀਰ ਹੀ ਉਹ ਪਸੰਦ ਕਰੋ ਜਿਹੜਾ, ਹਾਂ ਇਹ ਵੀ ਤਾਂ ਕੋਈ ਦੱਸ ਰਿਹਾ, ਸਿੱਧੀ ਕਿ ਅਕਬਰ ਕੋ ਦਾ ਭੌਂਕਦਾ ਹੋਵੇ ਤੇ ਤੂੰ ਆਖ ਮੇਰਾ ਪੀਰ, ਅਸਾਂ ਕੋ ਜੁੱਤੀ ਦੇ ਨਾਕ ਤੇ ਨਹੀਂ ਲਿਖਦੇ ਜੇ ਕੋ ਮੇਰੇ ਮੁਹੰਮਦ ਦੇ ਸਹੁਰੇ ਦੀ ਸੁਣਾਉਣ ਗਏ, ਸਈ ਢੀ ਗਿੱਧੀ ਏ ਆਕਾ ਸਈ ਉਹਨਾਂ ਦੇ ਘਰ ਜਮਾਤ ਰੇ ਬੜੇ ਮੇਰੇ ਮੁਸਤਫਾ ਕਰੀਮ ਰਿਆਦੁਨ ਨਦਰਾ ਫੀ ਮਨਾਕਿਬਲ ਅਸ਼ਰਾ ਇਮਾਮ ਮੁਹਿੱਬਦੀਨ ਤਬਰੀ ਸਰਕਾਰ ਨੇ, ਅੱਜ ਤੂੰ 1150 ਸਾਲ ਪਹਿਲੇ ਕਿਤਾਬ ਲਿਖਤੇ ਦੁਨੀਆ ਕੋ ਸਾਬਤ ਕਰਤੇ ਦਸਾ ਦਿੱਤਾ, ਆਕਾ ਸਈ ਫਰਮਾਇਆ ਜਿੰਦੇ ਕੋਲ ਮੈਂ ਮੁਹੰਮਦ ਧੀਆਂ ਦਿੱਤੇ ਓਈ ਜੰਤੀਆਂ, ਜਿਨ੍ਹਾਂ ਕੋ ਧੀਆਂ ਦਿੱਤੇ ਓਈ ਜੰਤੀਆਂ, ਅੱਲਾਹੁ ਅਕਬਰ, ਪੀਰੀ ਜਿਨ ਹਨ, ਪੀਰੀ ਜਿਨ ਹਨ, ਪੀਰੀ ਜਿਨ, ਜ਼ਰੀ ਜ਼ਰੀ ਬੋਲੋ ਬੇਟੇ, ਜ਼ਰੀ ਜ਼ਰੀ ਬੋਲੋ ਬੇਟੇ, ਜ਼ਰੀ ਜ਼ਰੀ ਬੋਲੋ ਬੇਟੇ, ਦੇਖੋ ਮੈਂ ਕਿਵੇਂ ਬੋਲੇਂ ਦੱਖਣਾ, ਤੁਸੀਂ ਨਹੀਂ ਮੈਂ ਬੋਲੇਂਦੇ, ਹੈਂ ਹੈਂ, ਜ਼ਰੀ ਜ਼ਰੀ ਬੋਲੇ ਕਰੋ, ਜ਼ਰੀ ਜ਼ਰੀ ਅਲਾਇਆ ਕਰੋ, ਜ਼ਰੀ ਜ਼ਰੀ ਹਰਕਤ ਜ਼ਬਾਨ ਕੋ ਦਿੱਤਾ ਕਰੋ। ਪੀਰ ਬੁੱਲੇ ਸ਼ਾਹ ਸਾਹਿਬ ਫਰਮਾਉਂਦੇ ਨੇ, ਵੇਲੀ ਨਾ ਬਹੋ ਕੁਝ ਕਰਦੀ ਰਹੋ, ਖਾਲੀ ਭਾਂਡਾ ਭਰਦੀ ਰਹੋ, ਆਇਆ ਜੋ ਸਹੀ ਨਾ ਦੇ ਵੱਲ ਚਸਕੇ ਚਾਹ ਕੇ ਵਾਪਸ ਨਾ ਗਿਆ, ਇਡੋ ਸੋਹਣਾ ਇਡੋ ਕੱਢਾ ਚਾਹ ਵੱਲ ਛੰਡਕ ਤੇ ਵਾਪਸ ਗਿਆ। ਸਾਡੇ ਵੱਡੇ ਬਜ਼ੁਰਗ ਫਰਮਾਉਂਦੇ ਨਸ਼ਿਸਤਨ ਗੁਫਤਨ ਬਰਖਾਸਤਨ, ਆਇਆ ਬਹਿ ਗਿਆ ਸੁਣ ਗਿਦਾ ਛੰਡਕ ਤੇ ਖਾਲੀ ਵਾਪਸ ਪੀ ਗਿਆ। ਵੱਲ ਦੱਸੋ ਤਾਂ ਸਹੀ ਸਾਡੇ ਜ਼ੋਰ ਲਾਵਣ ਦਾ ਫਾਇਦਾ ਕਿਆ ਹੈ, ਵੱਲ ਸਾਡੀਆਂ ਕਿਤਾਬਾਂ ਦੇ ਵਰਕੇ ਵਲਾਵਣ ਦਾ ਫਾਇਦਾ ਕਿਆ ਹੈ, ਵੱਲ ਸਾਡੀਆਂ ਕਿਤਾਬਾਂ ਦੇ ਮੁਤਾਲੇ ਕਰਨ ਦਾ ਫਾਇਦਾ ਕਿਆ ਹੈ, ਵੱਲ ਸਾਡੀਆਂ ਪੈਸੇ ਕਿਤਾਬਾਂ ਦੇ ਉੱਤੇ ਖਰਚ ਕਰਨ ਦਾ ਫਾਇਦਾ ਕਿਆ ਹੈ। ਚਸ ਤਾਂ ਹੈ ਜੇ ਅਗਰ ਤੁਸਾਂ ਰਬੀਉਲ ਅਵਲ ਸ਼ਰੀਫ ਦੇ ਅੰਦਰ 30 ਇਮਾਰਾਂ 'ਚ ਹਰ ਇਮਾਰ 'ਚ ਅਗਰ ਇੱਕ ਮੌਲਵੀ ਦੀ ਤਕਰੀਰ ਸੁਣਦੇ, ਇੱਕ ਹਦੀਸ ਹੀ ਪੱਲੇ ਬੱਧੋ ਚਾਦਾ 30 ਹਦੀਸਾਂ ਦਾ ਪੱਕਾ ਹੀ ਵਧਿਓ ਸੋ ਯਾਰ, ਜੇ 30 ਹਦੀਸਾਂ ਜਿਹੜੇ ਜਵਾਨ ਕੋ ਆਉਂਦੀਆਂ ਹੋਵੇ ਨਾ, ਉਹਦਾ ਵੱਡਾ ਪਾਕਿਸਤਾਨ ਦਾ ਮੌਲਵੀ ਹੋ ਸੀ ਯਾਰ, ਉਹ ਕਿਹੜਾ ਵੱਡਾ ਮੌਲਵੀ ਸੀ ਜੇ ਕੋਈ 30 ਹਦੀਸਾਂ ਪਾਕਾਂ ਆ ਵੀ ਗਿਆ ਹੁਸੈਨ,
ਆਕਾ ਦੀ ਦਾਤ ਪਾਕ ਨੇ ਫਰਮਾਇਆ ਅੱਜ ਵੀ ਉਹ 40 ਹਦੀਸਾਂ ਪਾਕਾਂ ਅੱਜ ਵੀ ਮੌਜੂਦ ਹਨ। ਸਰਕਾਰ ਦੀ ਦਾਤ ਪਾਕ ਫਰਮਾਇਆ ਜਿਹੜਾ ਸ਼ਖਸ 40 ਹਦੀਸਾਂ ਕੋ ਯਾਦ ਚ ਕਰੇ ਔਰ ਉਹਦੇ ਉੱਤੇ ਆਪਣੀ ਜ਼ਿੰਦਗੀ ਗੁਜ਼ਾਰੇ ਚਾ ਕੱਲ ਕਿਆਮਤ ਦੇ ਮੈਦਾਨ ਚੋ ਕੱਲਾ ਜੰਨਤ ਨਾ ਵੇ ਸੀ, ਮੇਰੀ ਉਮਤ ਦੇ ਕਈ ਅਫਰਾਦ ਜਿਹਦੇ ਉੱਤੇ ਜਹਨਮ ਵਾਜਬ ਥੀ ਵੇ ਸੀ ਉਹਦਾ ਹੱਥ ਪਕੜੇ ਸੀ ਤੇ ਵੱਲ ਜੰਨਤ ਪੇ ਸੀ। ਇਹ ਸਾਰੇ ਪੀਰ ਹਨ ਜਿਹੜੇ ਜਿਨ ਹਨ, ਪਹਿਲੇ ਪੀਰ ਜਿਨ ਭਜੇਂਦੇ ਹਨ, ਪੀਰ ਜਿਹੜੇ ਘਰ ਚ ਆਵੇ ਜਿਨ ਭਜ ਵੇਂਦੇ ਹਨ, ਹੁਣ ਜਿਹੜੇ ਘਰ ਚ ਪੀਰ ਲੰਘ ਆਵੇ ਜਿਨ ਵੇਂਦੇ ਹੀ ਨਹੀਂ। ਹੌਲੇ ਹੌਲੇ ਬੋਲੋ ਚਾ, ਹੁਣ ਹੌਲੇ ਹੌਲੇ ਬੋਲੋ ਚਾ, ਮੇਰੇ ਕੱਲ ਦੇ ਤੁਹਾਕੂ ਪੀਰ ਉਹਨਾਂ ਦੇ ਸਾਰੇ ਜਿਨ ਚੰਬਾੜ ਗਏ ਹੈਂ। ਹੁਣ ਤਾਂ ਪੀਰ ਆਦੇ ਤੁਹਾਡੇ ਕੋਲ ਜਿਹੜੇ ਜਿਨ ਆਏ ਵਧੇ ਨੇ ਚੂੜੇ ਨੇ, ਬਈ ਕਿਵੇਂ ਬਚਸੇ ਨੇ ਜਣੇ ਕੋਈ ਬੱਕਰਾ ਲਗਸੀ ਵੱਲ ਭਜਸੇ ਵੱਲ, ਕੋਈ ਪੰਛੀ ਗਜ਼ ਕੱਪੜਾ ਲਗਸੀ ਵੱਲ ਭਜਸੇ, ਕੋਈ 5-6 ਕਿਲੋ ਘਿਓ ਲਗਸੀ ਵੱਲ ਭਜਸੇ, ਕੋਈ 5-7 ਕਿਲੋ ਦਾਲ ਲਗਸੀ ਵੱਲ ਭਜਸੇ, 5-8 ਕਿਲੋ ਚੀਨੀ ਲਗਸੀ ਵੱਲ ਭਜਸੇ। ਮੈਂ ਕਿ ਉਹਦਾ ਜੰਡਣ ਭਜਸੇ ਭਜਸੇ ਪਹਿਲੇ ਮੇਰੇ ਗੱਲ ਦੇ ਤੰਗ ਤੁਸੀਂ ਹੀ ਵੇਚਣਾ ਜਿਨ੍ਹਾਂ ਕੋਲੋਂ ਹੈਂ। ਹੁਣ ਤਾਂ ਢੇਰ ਸਾਰੇ ਪੀਰ ਆਏ ਵਧਣ, ਜਿਹੜਾ ਦੁਕਾਨ ਬੱਧੀ ਕੜੇ ਉਹ ਆਦੇ ਮੈਂ ਹੀ ਪੀਰ ਹਾਂ, ਅਤੇ ਜਿਹੜਾ ਡਾਂਤ ਬੱਧੀ ਕੜੇ ਉਹ ਆਦੇ ਮੈਂ ਹੀ ਪੀਰ ਹਾਂ, ਜਿਹੜਾ ਬਾਦ ਹੈ ਉਹ ਆਦੇ ਮੈਂ ਹੀ ਪੀਰ ਹਾਂ, ਜਿਹੜਾ ਹੱਟੀ ਬੱਧੀ ਕੜੇ ਉਹ ਆਦੇ ਮੈਂ ਹੀ ਪੀਰ ਹਾਂ, ਜਿਹੜਾ ਚੁੱਲ੍ਹਾ ਬੱਧੀ ਕੜੇ ਉਹ ਆਦੇ ਮੈਂ ਪੀਰ ਹਾਂ। ਪੀਰ ਜਿਵੇਂ ਮਰਜ਼ੀ ਆ ਵੀ ਕਰ ਅਤੇ ਕੋਈ ਰੋਕ ਕੋਈ ਨਹੀਂ ਸਕਦਾ, ਮਗਰ ਜਿਹੜੇ ਮਰਦੇ ਟਾਈਮ ਦੇ ਜ਼ਬਾਨ ਭਤੀਜੀ ਵੱਲ ਰੋਵੇ ਨਾ ਵੱਲ ਚੀਕੇ ਨਾ ਵੱਲ ਤੜਪੇ ਨਾ, ਰੱਬ ਦੀ ਜ਼ਾਤ ਤੇ ਪਾਕ ਫਰਮਾਉਂਦੇ ਨੇ ਮੇਰੀ ਮਖਲੂਕ ਚਾਹੇ ਮੈਂ ਰੱਬ ਦੇ ਅੱਗੇ ਨਹੀਂ ਝੁੱਕੀ, ਮੈਂ ਤਾਂ ਕੜਾ ਬੁਥਾਲ ਨਹੀਂ ਬੱਧਾ, ਮੈਂ ਤਾਂ ਕੜਾ ਇਹਨਾਂ ਦਾ ਮੂੰਹ ਨਹੀਂ ਬੱਧਾ, ਤੇਰੀ ਕਈ ਜ਼ਰੂਰਤ ਹੈ ਮੇਰੀ ਮਖਲੂਕ ਦੇ ਉੱਤੇ ਤੂੰ ਜ਼ੁਲਮ ਕਰੇ, ਅੱਜ ਹੀ ਮੇਰੀ ਮਖਲੂਕ ਦੇ ਉੱਤੇ ਤਰਸ ਤੂੰ ਚ ਕਰ। ਮਰਦ ਕਬਰ ਚ ਬਾਅਦ ਚ ਅਸੀਂ ਮੁਹੰਮਦ ਦਾ ਦੀਦਾਰ ਪਹਿਲੇ ਨਸੀਬ ਕਰਵਾ ਚੜਿਆ। ਸਾਡੇ ਬਜ਼ੁਰਗ ਤਾਂ ਬਜ਼ੁਰਗ, ਨਬੀ ਮੁਕਰਮ ਸੱਲੱਲਾਹੁ ਤਾਲਾ ਅਲੈਹਿ ਵਾਲੀ ਵਸੱਲਮ ਦੀ ਦਾਤ ਪਾਕ ਜਿਹੜੇ ਗਜ਼ਵਾ ਖੰਦਕ ਦੀ ਤਰਫ ਵੇਂਦੇ ਪਏ ਹਨ, ਕਿੱਥਾਂ ਗਜ਼ਵਾ ਖੰਦਕ ਦੀ ਤਰਫ ਵੇਂਦੇ ਪਏ ਨੇ, ਤਰਸ ਲਿਖਾਏ ਸਾਡੇ ਨਬੀ ਮਖਲੂਕ ਦੇ ਉੱਤੇ ਤਰਸ ਕਹਿਤਾ, ਕਿਤੇ ਬੰਦੇ ਤਾਂ ਬੰਦੇ, ਆਕਾ ਦੀ ਦਾਤ ਪਾਕ ਜਿਹੜੇ ਵੇਂਦੇ ਪਏ ਹਨ, ਅਤੇ ਇੱਕ ਗਾਰ ਦੇ ਨਾਲੋਂ ਸਾਈਂ ਦੀਆਂ ਸਵਾਰੀਆਂ ਜੋ ਟੱਪੀਆਂ ਲੰਘੀਆਂ ਗੁਜ਼ਰੀਆਂ, ਆਕਾ ਦੀ ਦਾਤ ਪਾਕ ਨੇ ਸਾਬੇ ਕਰਾਮ ਕੋ ਫਰਮਾਇਆ ਜਲਦੀ ਕਰੋ ਕਿ ਤੂੰ ਸਵਾਰੀਆਂ ਜਲਦੀਆਂ ਗੁਜ਼ਾਰੋ, ਕਿ ਤੂੰ ਜਲਦੀ ਟਪਾਓ ਸਵਾਰੀਆਂ ਕੋ। ਆ ਫਰਮਾਇਆ ਅਸੀਂ ਜਲਦੀ ਨਾਲ ਤਾਂ ਚਲੇ ਗਏ ਉਸੇ, ਅਸਾਂ ਜਿਹੜੇ ਖੈਮਿਆਂ ਦੇ ਕਿੱਲੇ ਠੁਕੇਂਦੇ ਬੈਠੇ ਆਸੇ ਅਤੇ ਖੈਮੇ ਦੇ ਰੱਸੇ ਬਧੇਂਦੇ ਬੈਠੇ ਆਸੇ, ਹਜ਼ਰਤ ਅਬੂ ਬਕਰ ਸਿੱਦੀਕ ਨੇ ਸਰਕਾਰ ਦੀ ਬਾਗ ਵਰਗਾ ਚਾਰ ਕੀਤਾ, ਯਾ ਰਸੂਲ ਅੱਲਾਹ ਅੱਗੇ ਤਾਂ ਕਦਾ ਨਹੀਂ ਮੈਂ ਫਰਮਾਇਆ ਕਿ ਈ ਜਾਈਂ ਤੂੰ ਜਲਦੀਆਂ ਲੰਘੋ ਜਲਦੀ ਗੁਜ਼ਰੋ, ਅੱਜ ਜਿਹੜੀ ਗਾਰ ਦੇ ਨਾਲੋਂ ਲੰਘਿਆ ਤਾਂ ਤੁਸਾਂ ਫਰਮਾਇਆ ਜਲਦੀ ਸਵਾਰੀਆਂ ਕੋ ਗੁਜ਼ਾਰੋ, ਦੀ ਵਜ੍ਹਾ ਕਿਆ ਹੈ? ਕਰੀਮ ਆਕਾ ਦੀ ਦਾਤ ਪਾਕ ਨੇ ਇਰਸ਼ਾਦ ਫਰਮਾਇਆ, ਊ ਗਾਰ ਦੇ ਵਿੱਚ ਇੱਕ ਕੁੱਤੀ ਪਈ ਹੈ ਵਿਆਈ, ਅਤੇ ਆਪਣੇ ਗੁਲਰਾਂ ਕੋ ਪਈ ਪਿਲੈਂਦੀ ਆਈ ਖੀਰ, ਕੁੱਤੀ ਪਈ ਹੈ ਵਿਆਈ ਅਤੇ ਆਪਣੇ ਗੁਲਰਾਂ ਕੋ ਪਈ ਪਿਲੈਂਦੀ ਆਈ ਖੀਰ, ਅਤੇ ਜਿਹੜੇ ਸਾਰੀਆਂ ਸਵਾਰੀਆਂ ਲੰਘਦੀਆਂ ਪਈਆਂ ਹਨ ਉਹਨਾਂ ਦੇ ਬਾਲ ਲੱਗ ਗਏ ਨੇ ਡਰਨ, ਅਤੇ ਉਹ ਮਾਂ ਦਾ ਖੀਰ ਪੀਵਣਾ ਡੇਵਣ ਆ ਛੋੜ, ਅਤੇ ਕੋਈ ਭੁੱਖਾ ਰਹਿ ਵਣੇ ਹਾਂ ਅਤੇ ਕੋਈ ਰੱਜ ਤੇ ਪੀ ਗਿਨੇ ਹਾਂ, ਜਿਹੜਾ ਭੁੱਖਾ ਰਹੇ ਹਾਂ ਸਾਰੀਆਂ ਸਵਾਰੀਆਂ ਦੀ ਵਜ੍ਹਾ ਨਾਲ ਹੈ ਨਾ, ਮੈਂ ਮੁਹੰਮਦ ਦੀ ਇੱਜ਼ਤ ਗਵਾਰਾ ਨਹੀਂ ਕੀਤਾ ਕਿ ਗੁੱਲਰ ਹੋਵੇ ਨੂੰ ਕੁੱਤੀ ਅਤੇ ਮਰੇ ਨੂੰ ਭੁੱਖੇ।
ਕਿਆ ਦੁਨੀਆਂ ਦੇ ਅੰਦਰ ਕੋਈ ਇਤਨਾ ਵੱਡਾ ਲੀਡਰ ਹੈ ਜਿਹਦੇ ਦਿਲ ਵਿੱਚ ਨੱਚ ਤੋਂ ਨੱਚ ਕੁੱਤੇ ਦਾ ਵੀ ਤਾਜ਼ੀਮ ਹੋਵੇ, ਔਰ ਕੁੱਤੇ ਦੀ ਜ਼ਾਤ ਵਰਗੇ ਦੇ ਉੱਤੇ ਵੀ ਤਰਸ ਹੋਵੇ? ਇਹ ਕਾਇਨਾਤ ਵਿੱਚ ਅਗਰ ਦਰਸ ਦਿੱਤੇ ਤਾਂ ਆਮਨਾ ਦੇ ਲਾਲ ਦਿੱਤੇ। ਆਮਨਾ ਦੇ ਲਾਲ ਦਿੱਤੇ ਅਸਾਂ ਵੱਲ ਊ ਨਬੀ ਦਾ ਠਰ ਤੇ ਮਿਲਾਦ ਮਨਾਉਣ ਵੱਲ ਉਹਦਾ ਜ਼ਿਕਰ ਕਰੂੰ ਨਾ, ਜਿਹੜੇ ਨਬੀ ਨੇ ਸਾਕੂ ਇਤਨਾ ਪਾਏ ਦਾ ਹਤਬ ਸਿਖਾਏ। ਅਗਰ ਕੁੱਤੀ ਦੇ ਗੁੱਲਰੀ ਕਿਉਂ ਨਾ ਹੋਵੇ, ਤਰਸ ਜ਼ਰੂਰ ਕਰਾਏ, ਰਹਿਮ ਜ਼ਰੂਰ ਕਰਾਏ। ਉਹ ਉਲਮਾਏ ਕਰਾਮ ਹਦੀਸੇ ਪਾਕ ਸੁਣੇਂਦੇ ਨਹੀਂ ਕਿ ਕੰਜਰੀ ਫਾਸ਼ਾ ਔਰਤ ਬਜ਼ਾਰੀ ਔਰਤ ਜਿਲੇ ਆਪਣੇ ਜਿਸਮ ਦੇ ਨਾਲ ਲੋਕਾਂ ਦੀਆਂ ਇੱਜ਼ਤਾਂ ਕੋ ਖਿਡਵੇਂਦੀ ਹੈ, ਆਪਣੀ ਖਾਹਿਸ਼ ਕੋ ਪੂਰਾ ਕਰੇਂਦੀ ਹੈ, ਉਹ ਜਿਲੇ ਵਾਪਸ ਆਉਂਦੀ ਪਈ ਹੈ ਤਾਂ ਉਹਨੇ ਡਿੱਠਾ ਇੱਕ ਪਿਆਸਾ ਕੁੱਤਾ, ਪਿਆਸ ਤੇ ਪਾਣੀ ਦੀ ਵਜ੍ਹਾ ਤੋਂ ਜ਼ਮੀਨ ਦੇ ਉੱਤੇ ਤੜਪਦਾ ਪਏ, ਤਾਂ ਨਾਲ ਖੂਹ ਹੈ, ਆਪਣਾ ਸਿਰ ਦਾ ਬੋਛਣ ਲਹਾਇਓ ਤੇ ਵੰਜ ਕੇ ਖੂਹ ਵਿੱਚ ਲੰਬਾ ਕੀਤੋਸ, ਉਹ ਕੋ ਪੁਸਾਇਓਸ, ਪੁਸਾ ਕੇ ਵਾਪਸ ਉਹਦੇ ਮੂੰਹ ਵਿੱਚ ਆ ਕੇ ਨਚੋੜੋਸ, ਪਾਣੀ ਦੇ ਕਤਰੇ ਜੋ ਕੁੱਤੇ ਦੇ ਮੂੰਹ ਦੇ ਗਏ ਨਾ, ਤੇ ਤੜਪਦਾ ਉਹਦੀ ਜਾਨ ਵਾਪਸ ਜਿਸਮ ਵਿੱਚ ਆ ਗਈ। ਅੱਲਾ ਦੀ ਦਾਤ ਪਾਕ ਫਰਮਾਇਆ ਤੈਂ ਮੇਰੀ ਮਖਲੂਕ ਤੇ ਤਰਸ ਕੀਤੇ, ਤੈਂ ਮੇਰੀ ਮਖਲੂਕ ਦੇ ਉੱਤੇ ਤਰਸ ਕੀਤੇ, ਭਾਵੇਂ ਫਾਸ਼ਾ ਔਰਤ ਹਾਵੇਂ, ਆ ਮੈਂ ਰੱਬ ਦੀ ਰਹਿਮਤ ਦਾ ਬਹਾਨਾ ਤਲਾਸ਼ ਕਰਨੀ, ਹੁਣ ਮੈਂ ਰੱਬ ਦਾ ਕਰਮ ਦੇਖ, ਹਾਵੇਂ ਤਾਂ ਗੁਨਾਹਗਾਰ ਪਰ ਮੈਂ ਰੱਬ ਬਣਾ ਤੇ ਕੋਈ ਜੰਨਤ ਦਾ ਹੱਕਦਾਰ ਹੀ ਛੋੜੇ। ਓਏ ਯਾਰੋ, ਕੁੱਤਿਆਂ ਤੇ ਤਰਸ ਕਰੂੰ, ਜੰਨਤ ਮਿਲ ਸਕਦੀ ਹੈ? ਇਹ ਤਾਂ ਮੁਹੰਮਦ ਦੇ ਗੁਲਾਮ ਹੈ ਨੀ ਯਾਰ, ਪੀਰ ਨਾ ਖੇਡ ਮੁਰੀਦਾਂ ਦੀਆਂ ਹਿਸਤਾਂ ਨਾਲ, ਹੋਣ ਹੋਵੇ ਰੱਬ ਦੀ ਲਾਠੀ ਬੇ ਆਵਾਜ਼ ਹੀ, ਇੰਨਾ ਬਖਸ਼ ਰੱਬੇ ਕਲਾ ਸ਼ਦੀਦ, ਰੱਬ ਦੀ ਪਕੜ ਸਖਤ ਹੈ। ਹੀ ਵਜ੍ਹਾ ਵਾਸਤੇ ਸਾਡੇ ਉਲਮਾ ਕਰਾਮ ਫਰਮੈਂਦੇ ਨੇ ਕਿ ਜਿਲੇ ਉਲਮਾ ਕੋਲੋਂ ਬੈਠੇ ਕਰੋ, ਆਪਣੀ ਜ਼ਬਾਨ ਕੋ ਸੰਭਾਲਾ ਕਰੋ, ਔਰ ਜਿਲੇ ਔਲੀਆ ਕੋਲੋਂ ਬੈਠੇ ਕਰੋ, ਆਪਣੇ ਦਿਲ ਕੋ ਸੰਭਾਲਾ ਕਰੋ, ਔਰ ਜਿਲੇ ਕਹੀਂ ਦੀ ਚਾਰ ਦੀਵਾਰੀ ਚ ਬੈਠੇ ਕਰੋ, ਵੱਲ ਆਪਣੀ ਅੱਖ ਕੋ ਸੰਭਾਲਾ ਕਰੋ, ਔਰ ਜਿਲੇ ਖਾਣੇ ਦੀ ਪਲੇਟ ਤੇ ਦਸਤਰਖਾਂ ਤੇ ਬੈਠੇ ਕਰੋ, ਵੱਲ ਆਪਣੇ ਹੱਥ ਕੋ ਸੰਭਾਲਾ ਕਰੋ। ਇਹ ਨਾ ਹੋਵੇ ਖਾਣਾ ਜੋ ਆ ਵਜੇ ਤਾਂ ਵੱਲ ਮਾਸ਼ਾ ਅੱਲਾ ਡਾਢਮ ਦਾ ਕਰ ਦੇ, ਸੁਨਤ ਪੂਰੀ ਕਰ ਦੇ ਛੋੜ ਦਿੱਤਾ। ਹੈਂ, ਬਰਤਨ ਕੋ ਸਾਫ਼ ਕਰਨਾ ਸੁਨਤ ਹੈ, ਮਗਰ ਦਸਤਰਖਾਂ ਤੇ ਚੁਣ ਤੇ ਖਾਵਣਾ ਹੀ ਮੁਹੰਮਦ ਦੀ ਸੁਨਤ ਹੈ। ਹਜ਼ਰਤ ਸੈਯਦਨਾ ਉਮਰ ਬਿਨ ਖਤਾਬ ਰਜ਼ੀ ਅੱਲਾਹੁ ਤਾਲਾ ਅਨਹੁ ਸੀ, ਜਿਲੇ ਹਿਮਸ ਮੁਲਕ ਸ਼ਾਮ ਦਾ ਇੱਕ ਇਲਾਕਾ ਹੈ, ਹਿਮਸ ਇਲਾਕੇ ਦੇ ਅੰਦਰ ਆਪ ਪਹੁੰਚੇ ਹਨ, ਤਾਂ ਲੋਕੇ ਆਪ ਦੀ ਖਿਦਮਤ ਚਾਰ ਕੀਤਾ, ਹਜ਼ੂਰ ਫਲਾਂ ਇਲਾਕਾ ਫਤਿਹ ਨਹੀਂ ਪਿਆ ਥੀਂਦਾ, ਕਿਆ ਕਰੂੰ? ਆ ਫਰਮਾਇਆ ਉਹਨਾਂ ਲੋਕਾਂ ਕੋ ਆਖ ਦਿਓ, ਪਾਦਰੀਆਂ ਕੋ ਆਖ ਦਿਓ, ਸਾਡੀ ਦਾਵਤ ਕਰਨ, ਅਸਾਂ ਐਦ ਮੁਆਹਦਾ ਤਾਂ ਕਰ ਸਕਦੇ ਨਾ, ਦੀਨ ਇਸਲਾਮ ਦਾ ਪੈਗਾਮ ਤਾਂ ਪਹੁੰਚਾ ਸਕਦੇ ਹਾਂ ਨਾ। ਆਪਨੇ ਜਿਲੇ ਲੋਕਾਂ ਕੋ ਆਖ ਦਿੱਤਾ ਤਾਂ ਉਹਨਾਂ ਲੋਕਾਂ ਨੇ ਆਪ ਦੀ ਦਾਵਤ ਕੀਤੀ, ਬੜਾ ਸਾਰਾ ਦਸਤਰਖਾਨ ਲਾਇਆ, ਉਹਨਾਂ ਕਿ ਤੁਹਾਨੂੰ ਨਹੀਂ ਪਤਾ ਉਮਰ ਪਿਆ ਆਉਂਦੇ ਨੂੰ, ਕੌਣ ਉਮਰ? ਉਹ ਜਵਾਨ ਆਉਂਦਾ ਪਏ ਜਿਹੜਾ ਜਿਸਮ ਦੇ ਉੱਤੇ ਤਾਂ ਕੱਪੜੇ ਪੈਂਦੇ ਫੱਟੇ ਪੁਰਾਣੇ, ਮਗਰ ਜਿਲੇ ਸਹਰਾ ਵਿੱਚ ਆ ਖੜਦੇ, ਬਸ ਇਹੋ ਕੁਛ ਆ ਖੜੇ, ਹੁੰਦੇ ਜੰਗਲ ਦੇ ਵਿੱਚ, ਹੁੰਦੀ ਸਲਤਨਤ ਵਿੱਚ, ਹੁੰਦੀ ਰਿਆਇਆ ਵਿੱਚ, ਬਿਗਾੜ ਬੱਕਰੀ ਨਾਲ ਟੁਰਦੇ ਤੇ ਸ਼ੇਰ ਹਰਨ ਨਾਲ ਟੁਰਦੇ।
ਸ਼ੇਰ ਬੱਕਰੀ ਕੋ ਨਹੀਂ ਖਾਂਦਾ, ਸ਼ੇਰ ਬੱਕਰੀ ਕੋ ਨਹੀਂ ਖਾਂਦਾ, ਕਿਉਂ ਨਹੀਂ ਖਾਂਦਾ? ਫਰਮਾਇਆ ਸਾਡਾ ਅਮੀਰ ਉਮਰ ਹੈ, ਜਨਣ ਉੱਤੇ ਸੁੱਲਾ ਹੋਵੇ ਨਾ ਵੱਲ ਤੱਲੇ ਸੁੱਲਾ ਥੀ ਵੈਂਦੀ ਹੈ। ਸ਼ਾਕਿਰ ਸ਼ੁਜਾਬਾਦ ਯਾਦ ਹੈ, ਉੱਤੇ ਇਨਸਾਫ ਦਾ ਪਰਚਮ, ਤੱਲੇ ਇਨਸਾਫ ਵਿਕਦਾ ਪਏ, ਉੱਤੇ ਇਨਸਾਫ ਦਾ ਪਰਚਮ, ਤੱਲੇ ਇਨਸਾਫ ਵਿਕਦਾ ਪਏ, ਇਹੋ ਜਈ ਹਰ ਅਦਾਲਤ ਕੋ ਬਮੈ ਅਮਲਾ ਉਡਾ ਦੇਵੋ, ਪੜੋ ਰਹਿਮਾਨ ਦਾ ਕਲਮਾ, ਬਣੋ ਸ਼ੈਤਾਨ ਦੇ ਚੇਲੇ, ਪੜੋ ਰਹਿਮਾਨ ਦਾ ਕਲਮਾ ਤੇ ਬਣੋ ਸ਼ੈਤਾਨ ਦੇ ਚੇਲੇ, ਮੁਨਾਫਿਕ ਤੂੰ ਤਾਂ ਬਿਹਤਰ ਹੈ, ਕਾਫਿਰ ਨਾ ਰੱਖਾ ਛੋੜੋ। ਬਲਕਿ ਅੱਗੂ ਵੱਲ ਸ਼ਾਕਿਰ ਦਰਦ ਭਰਾ ਲੇਜ ਨਾਲ ਇੱਕ ਲਫ਼ਜ਼ ਆ ਦੇ, ਪਾਕਿਸਤਾਨ ਦੇ ਲੋਗੋ, ਪਲੀਤਿਆਂ ਕੋ ਮੁਕਾ ਦੇਵੋ, ਨ ਤਾਂ ਜੈ ਈ ਦਾ ਨਾ ਰੱਖੇ, ਇਹ ਨਾ ਹੂੰ ਕੂ ਬਲਾ ਦੇਵੋ। ਅੱਲਾਹੁ ਅਕਬਰ, ਅੱਲਾਹੁ ਅਕਬਰ। ਹਜ਼ਰਤ ਸੈਯਦਨਾ ਉਮਰ ਬਿਨ ਖੱਤਾਬ ਰਜ਼ੀ ਅੱਲਾਹੁ ਤਾਲਾ ਅਨਹੁ ਸਹੀ, ਜਿਲੇ ਈਸਾਈਆਂ ਦੇ ਦਸਤਰਖਾਂ ਤੇ ਬਹਿਤੇ ਖਾਣਾ ਖਾਵਣ ਲੱਗੇ, ਹੁਣ ਖਾਵਣ ਖਾਵਣ ਦਾ ਅੰਦਾਜ਼ ਦਿਖਾਏ, ਇੱਕ ਗੋਡਾ ਲੰਬਾ ਕਰ ਬੈਠੇ, ਇੱਕ ਖੜਾ ਕਰ ਬੈਠੇ ਤੇ ਖਾਣਾ ਖਾਂਦੇ ਬੈਠੇ। ਜਿਲੇ ਖਾਣਾ ਮੁਕੰਮਲ ਖਾ ਕੇ ਤੇ ਉਹਨੇ ਆਪ ਦੇ ਨਾਲ ਆਪ ਦਾ ਮੁਬੱਸਰ ਵੀ ਤਸ਼ਰੀਫ ਫਰਮਾਈ, ਜਿਹੜਾ ਹੁਣਾਂ ਦੀ ਬੋਲੀ ਵਿੱਚੋਂ ਆਪ ਕੋ ਗੱਲ ਨਹੀਂ ਦੱਸੇਂਦਾ ਬੈਠਾਈ, ਆਪ ਦੇ ਨਾਲ ਮੌਜੂਦ ਆਈ ਤੇ ਜਿਲੇ ਮੁਕੰਮਲ ਖਾਣਾ ਖਵੀਜ ਗਿਆ। ਜਿਹੜੇ ਖਾਣੇ ਦੇ ਜ਼ਿਲੇ ਖਾਰ, ਜਿਹੜੇ ਛੋਟੇ ਛੋਟੇ ਟੁਕੜੇ ਤੱਲੇ ਡੱਠੇ, ਉਹ ਦਸਤਰਖਾਂ ਦੇ ਚੁਣ ਚੁਣ ਦੇ ਖਾਂਦੇ ਬੈਠੇ, ਜਿਹਦੇ ਡਰ ਕੋਲੋਂ ਬਿਗਾੜ ਬੱਕਰੀ ਕੋਈ ਨਹੀਂ ਚਾਹੁੰਦਾ। ਸਾਡੇ ਘਰ ਆ ਪਾਵੇ ਬਿਗਾੜ ਕਹਿ ਨਹੀਂ ਬੈਠੇ ਤੁਸਾਂ, ਮੈਂ ਹੁਣ ਪਤਾ ਨਹੀਂ ਕਿਹ ਕੋ ਆਖਣਾ, ਚਲੋ ਹੁਣ ਬਰਦਾਸ਼ਤ ਕਰੋ ਚਾ ਯਾਰ, ਕਿਉਂਕਿ ਦੀਨ ਇਸਲਾਮ ਨੰਗੀ ਤਲਵਾਰ ਹੈ, ਔਰ ਜਬ ਤੱਕ ਤਲਵਾਰ ਨੰਗੀ ਨਾ ਥੀਵੇ ਉਹ ਵਕਤ ਤੱਕ ਤਲਵਾਰ ਕੰਮ ਨਹੀਂ ਕਰੇਂਦੀ। ਦੀਨ ਲੁਕਾਵਣਾ ਨਹੀਂ ਚਾਹੀਦਾ, ਦੀਨ ਜ਼ਾਹਿਰ ਕਰਨਾ ਚਾਹੀਦਾ ਹੈ। ਅੱਜ ਲੈ ਸਾਡੇ ਘਰ ਬਿਗਾੜ ਆਵਾਂਦੇ, ਜਿਹੜੀਆਂ ਸਾਡੀਆਂ ਢਾਂਢਿਆਂ ਦਾ ਹੀ ਦੁਸ਼ਮਣ, ਸਾਡੀਆਂ ਇੱਜ਼ਤਾਂ ਦਾ ਹੀ ਦੁਸ਼ਮਣ, ਹੋਏ ਸਾਡੇ ਮਾਲ ਦਾ ਹੀ ਦੁਸ਼ਮਣ, ਅੱਜ ਲੈ ਸਾਹਮਣੇ ਆਵਾਂਦੇ, ਉਹਦੇ ਨਖਰੇ ਨਹੀਂ ਮਾਰਦੇ। ਹੋ ਉਮਰ ਜਿਹਦੇ ਬਾਰੇ ਅਲਾਮਾ ਇਕਬਾਲ ਫਰਮਾ ਦਿੱਤਾ, ਨਿਕਲ ਕੇ ਸਹਰਾ ਨੇ ਜਿਸ ਨੇ ਰੂਮਾ ਕੀ ਸਲਤਨਤ ਕੋ ਉਲਟ ਦਿਆ ਥਾ, ਸੁਨਾ ਹੈ ਕੁਦਸੀਓ ਸੇ ਮੈਨੇ ਵੋ ਸ਼ੇਰ, ਫਿਰ ਸੇ ਹੁਸ਼ਿਆਰ ਹੋ ਗਏ, ਤਿਆਰ ਹੈ ਮਗਰਬ ਕੇ ਰਹਿਣੇ ਵਾਲੋ, ਖੁਦਾ ਕੀ ਬਸਤੀ ਦੁਕਾਨ ਨਹੀਂ ਹੈ, ਖਰਾ ਜਿਸੇ ਤੁਮ ਸਮਝ ਰਹੇ ਹੋ, ਵੋ ਜ਼ਰੇ ਕਮ ਅਯਾਰ ਹੋ ਗਾ, ਖੁਦਾ ਕੇ ਆਸ਼ਿਕ ਤੋ ਹੈ ਹਜ਼ਾਰੋਂ, ਬਨੂ ਮੇ ਫਿਰਤੇ ਹੈ ਮਾਰੇ ਮਾਰੇ, ਮੈਂ ਉਸਕਾ ਬੰਦਾ ਬਨੂਗਾ ਜਿਸਕੋ ਖੁਦਾ ਕੇ ਬੰਦੋ ਸੇ ਪਿਆਰ ਹੋਗਾ। ਆਪ ਦਾ ਨਾਲ ਮੁਬੱਸਰ ਬਿਠਾਈ, ਉਵੇਂ ਕੰਨ 'ਚ ਸਰਗੋਸ਼ੀ ਕੀਤੀ, ਉਹ ਕੰਨ 'ਚ ਆਖਾ ਹਜ਼ੂਰ ਜਿਹਦੇ ਦਸਤਰਖਾਂ ਦੇ ਮੈਂ ਦੇ ਤੱਲੂ ਚੁਣ ਚੁਣ ਦੇ ਖਾਂਦੇ ਬੈਠੇ ਵੇ, ਸਾਰੇ ਈਸਾਈ ਤੁਹਾਕੂ ਅੱਖ ਪੋੜ ਪੋੜ ਦੇ ਦੇ ਦੇਖਣੇ, ਕਿਉਂ ਸਿੰਘ ਏਡੇ ਭੁੱਖੇ ਹਨ, ਹਾਏ ਹਾਏ
ਕਿਹੜੇ ਭੁੱਖੇ ਹਨ, ਤੱਲੂ ਚੁਣ ਚੁਣ ਦੇ ਬੇਟੇ ਖਾਂਦੇ ਹਨ, ਇਹਨਾਂ ਕੋ ਰੋਟੀ ਦਾ ਟੁਕੜੇ ਰਾਜ ਦੇ ਜੋ ਸ਼ੋਧਿਆਂ ਕੋ ਨਹੀਂ ਮਿਲੇ, ਅੱਜ ਢੇਬਕਾਂ ਖੋਲ ਖੋਲ ਦੇ ਖਾਂਦੇ ਬੈਠੇ ਹਨ। ਹਜ਼ਰਤ ਉਮਰ ਬਿਨ ਖਤਾਬ ਨੇ ਆਪਣੇ ਮੁਬਸਰ ਦੇ ਅੱਖ ਵਲਾ ਤੇ ਡਿਠਾ, ਆਪਨੇ ਫਰਮਾ ਚੁੱਪ ਕਰ ਬੈ, ਭਾਵੇਂ ਦਸਤਰਖਾਨ ਈਸਾਈਆਂ ਦਾ ਹੈ, ਮੈਂ ਹੀ ਦਸਤਰਖਾਨ ਦੇ ਬਹਿਦੇ ਮੁਹੰਮਦ ਦੀ ਸੁਨਤ ਹੀ ਛੋੜ ਦੇਵਾਂ, ਲਾਗਾਂ ਦੇ ਦਸਤਰਖਾਨ ਤੇ ਬਹਿਦੇ ਨਬੀ ਦੀ ਸੁਨਤ ਨੂੰ ਛੋੜ ਦੇਵਾਂ। ਸੱਤ ਈਸਾਈ ਵੱਡੇ ਵੱਡੇ ਇਲਾਕਾਂ ਦੇ ਪਾਦਰੀ ਖੜੇ ਹਨ, ਪਾਦਰੀਆਂ ਕੱਲੀ ਮੀਟਿੰਗ ਕੀਤੀ, ਵਾਂਗੇ ਬੰਦੇ ਨਾਲ ਜੰਗ ਨਾ ਲੜਾ ਹੈ, ਇੱਥੋਂ ਕੋ ਮਾਰ ਕਤੇ ਸੀ, ਕਿਆਮਤ ਤੱਕ ਤੁਹਾਡਾ ਮਾਲ ਹੀ ਜ਼ਬਤ, ਤੁਹਾਡੀਆਂ ਧੀਆਂ ਹੀ ਜ਼ਬਤ, ਤੁਹਾਡੀਆਂ ਇੱਜ਼ਤਾਂ ਹੀ ਜ਼ਬਤ, ਤੁਹਾਡੇ ਸੀਮੋ ਜ਼ਰ ਹੀ ਜ਼ਬਤ ਹਨ। ਓਕੇ ਕਿੱਥੇ ਸੀ ਉਹ? ਕਿ ਇਵੇਂ ਕਰੋ, ਇਹ ਸਾਰਾ ਇਲਾਕਾ ਲਿਖ ਕੇ ਦਿਓ ਚਾ, ਸਿਰ ਝੁਕਾਓ ਚਾ, ਮੁਹੰਮਦ ਦਾ ਕਲਮਾ ਪੜ੍ਹੋ ਚਾ। ਉਹ ਕਿ ਕਿਹੜੀ ਵਜ੍ਹਾ ਤੂੰ? ਉਹ ਕਿ ਜਿਹੜਾ ਸਰਕਾਰ ਦੀ ਨਿੱਕੀ ਜਿਹੀ ਸੁਨਤ ਨਹੀਂ ਛੁੜੇਂਦਾ, ਭਲਾ ਸਾਕੋ ਦੁਸ਼ਮਣਾਂ ਕੋ ਛੁੜੇਂਦੇ? ਹਾਏ ਹਾਏ, ਸਾਡਾ ਕਿਰਦਾਰ ਕਿਆ ਹੈ ਯਾਰ? ਹੈਂ, ਅਸਾਂ ਕਿਆ ਕੀਤੇ, ਅਸਾਂ ਕਿਆ ਕੀਤੇ? ਅਲਾਮਾ ਇਕਬਾਲ ਇੱਕ ਲਫ਼ਜ਼ ਧਾੜ ਕਰਦੇ ਰੋਂਦੇ, ਵਾਦੇ ਜੀਓ ਤੋਂ ਕੁਛ ਜ਼ਿੰਦੋਂ ਕੀ ਤਰ੍ਹਾਂ, ਜੀਓ ਤੋਂ ਕੁਛ ਜ਼ਿੰਦੋਂ ਕੀ ਤਰ੍ਹਾਂ, ਮੁਰਦੋਂ ਕੀ ਤਰ੍ਹਾਂ ਜੀਏ ਤੋਂ ਕਿਆ ਖਾਕ ਜੀਏ, ਨਤੀਜਾ ਹੈ ਜ਼ਿੰਦਗਾਨੀ ਕਾ ਦੁਨੀਆ ਮੇਂ ਕੁਛ ਕਰ ਜਾਣਾ, ਖਿਆਲ ਮੌਤ ਬੇਜਾ ਹੈ ਵੋ ਜਬ ਆਏ ਤੋ ਮਰ ਜਾਣਾ, ਆਮ ਹਾਲਤ ਪੇ ਜ਼ਿੰਦਗੀ ਬਸਰ ਕੀ ਤੂਨੇ ਤੋ ਕਿਆ, ਅਰੇ ਕੁਛ ਤੋ ਕਰ ਐਸਾ ਕਿ ਆਲਮ ਭਰ ਮੇਂ ਅਫਸਾਨਾ ਰਹੇ। ਹੈਂ, ਹਜ਼ਰਤ ਉਮਰ ਬਿਨ ਖਤਾਬ ਰਜ਼ੀ ਅੱਲਾਹ ਤਾਲਾ ਨੂੰ ਸੀ, ਆਪ ਰਾਤ ਕੋ ਗਸ਼ਤ ਵਧੇ ਕਰਦੇ ਹਨ, ਸਾਡੇ ਬਾਲ ਦਾ ਰਾਤ ਕੋ ਪੈਕੇਜ ਲੈਂਦੇ ਨੇ। ਮੈਂ ਬੁੱਢੇ ਡਾਡੇ ਕੋ ਕਢਾ ਨਹੀਂ ਬੈਠਾ ਬਈ, ਕਢਾ ਡਾਡਾ ਹੀ ਰਾਤ ਕੋ ਕੰਨ ਨਾਲ ਮੋਬਾਈਲ ਲਾਈ ਵਧਾ ਹੋਵੇ, ਡਾਡੇ ਦੇ ਮੋਢੇ ਦੇ ਮੈਂ ਕਹੀ ਡਿੱਠੀ ਹੈ, ਮੈਂ ਕਈ ਦਵਾ ਰਾਤ ਕੋ ਇੱਕ ਦੋ ਵਜੇ ਹੀ ਰੋਡ ਦੇ ਤੋਂ ਮਾਂਝੇ ਸ਼ਰੀਫ ਵਾਲੇ ਰੋਡ ਤੋਂ ਲੰਘਦਾ, ਮੈਂ ਕਈ ਦਵਾ ਨੌਜਵਾਨਾਂ ਕੋਲ ਦਰਖਤਾਂ 'ਚ ਮੁੰਡ 'ਚ ਸਿਰ ਲੀਤੀ ਬੈਠੇ, ਬਈ ਇਹਦੇ ਕੰਨ ਦੇ ਵਿੱਚ ਕੀ ਆ ਦਰਦ ਹੈ? ਹਯਾ ਕਰ, ਹਯਾ ਕਰ, ਹਯਾ ਕਰ, ਕਈ ਦੀ ਇੱਜ਼ਤ ਕੋ ਤੱਕਣ ਤੇ ਪਹਿਲੇ ਗੌਰ ਜ਼ਰੂਰ ਕਰੇ, ਤੇਰੇ ਘਰ 'ਚ ਤੇਰੀ ਇੱਜ਼ਤ ਬੈਠੀ ਹੈ ਜੀ, ਜਿਹੜਾ ਕਈ ਨਾਲ ਕਰੇਂਦੇ ਉਹਦੇ ਨਾਲ ਉਵੇਂ ਥੀਂਦੇ। ਜੁਨੈਦ ਬਗਦਾਦੀ ਸਹੀ ਫਰਮਾਉਂਦੇ ਨਾ, ਅਗਰ ਕਈ ਕੋ ਦੇਖੋ ਨਾ ਤਾਂ ਚਾਰ ਨਜ਼ਰਾਂ ਨਾਲ ਦਿਖਾਏ, ਸ਼ੈਤਾਨ ਅੰਗੜਾਈ ਕਹਿਣਾ ਗਿਣਸੀ, ਤੁਹਾਡੇ ਦਿਮਾਗ ਵਿੱਚ ਵਸਵਸਾ ਕਹਿਣਾ ਪਿਆ ਸੀ, ਕਿਹੜੀ ਨਾਲ? ਫਰਮਾਇਆ ਮਾਂ ਦੀ ਨਜ਼ਰ ਨਾਲ। ਯਾ ਮਾਂ ਦੀ ਨਜ਼ਰ ਨਾਲ ਲਿਖਾ ਹੈ, ਯਾ ਭੇਣ ਦੀ ਨਜ਼ਰ ਨਾਲ, ਯਾ ਧੀ ਦੀ ਨਜ਼ਰ ਨਾਲ? ਹਜ਼ੂਰ ਇਹਨਾਂ ਨਜ਼ਰਾਂ ਨਾਲ ਦੇਖੂ ਕਿੱਥੇ ਸੀ? ਆਪਣੇ ਫਰਮਾਇਆ ਜਿਹਨਾਂ ਨੂੰ ਕੋਈ ਮਾਂ ਦੀ ਨਜ਼ਰ ਨਾਲ ਦੇਖ ਸੀ। ਔਰ ਸਰਕਾਰ ਦਾ ਫਰਮਾਨ ਹੈ, ਬੇਟੀ ਜਲੇ ਜ਼ਮੀਨ ਦੇ ਟੁਰੀ ਕਰ, ਈ ਅੰਦਾਜ਼ ਚ ਟੁਰਾ ਕਰ, ਦੇਖਣ ਵਾਲਾ ਦੇਖ, ਜਿਹਨੇ ਕੋਈ 80 ਸਾਲ ਦੀ ਬੁੱਢੀ ਵੇਂਦੀ ਟੁਰਦੀ ਹੈ, ਤਾਂ ਕਿ ਕਹੀਂ ਦੇ ਦਿਲ ਦੇ ਵਿੱਚ ਕੋਈ ਗਲਤ ਤਸੱਵਰ ਪੈਦਾ ਨਾ ਥੀਵੇ। ਆਕਾ ਕਰੀਮ ਦਾ ਪਾਕ ਫਰਮਾਨ ਹੈ, ਜਿਹੜੀ ਔਰਤ ਲੋਗਾਂ ਵਾਸਤੇ ਆਪਣੇ ਜਿਸਮ ਦੇ ਖੁਸ਼ਬੂ ਮਲ ਤੇ ਟੱਪੇ,
ਔਰ ਆਖਰ ਮੇਂ ਲੋਕ ਮੇਰੇ ਤੇ ਜਿਸਮ ਦੀ ਖੁਸ਼ਬੂ ਸਿੰਘ ਤੇ ਮੇਰੇ ਤੋਂ ਮੁਤਾਸਰ ਤੀ ਮੈਂ ਸਹੀ ਫਰਮੈਂਦੇ ਜਦ ਤੱਕ ਉਹ ਔਰਤ ਘਰ ਵਿੱਚ ਵਾਪਸ ਆਤੇ ਗੁਸਲ ਨਾ ਕਰੇ ਉਹਦੇ ਉੱਤੇ ਰੱਬ ਦੀ ਲਾਨਤ ਵਸਦੀ ਹੈ। ਵੱਡੇ ਸਿਆਣੇ ਅਸਾਂ ਪਾ ਗੋਸ਼ਤ ਗਿਨਣ ਵਜੋ ਤਾਂ ਮੇਰੇ ਖਿਆਲ ਤੇ ਪਹਿਲੇ ਰੱਦੀ ਲੈਣੇ ਹੈ ਮਤਲਬ ਛਾਪੁਰ ਲੈਣੇ ਹੈ ਮਤਲਬ ਅਸਾਂ ਕੋ ਕੰਦੂਰਾ ਸ਼ੁੰਦਾ ਰੁਮਾਲ ਸ਼ੁਮਾਲ ਥੈਲਾ ਛੈਲਾ ਚ ਪਾ ਦੇ ਘਰ ਗਿਨਣੇ ਹੈ ਕਿਉਂ ਪਰ ਮੈਂ ਪਾ ਗੋਸ਼ਤ ਉਤੋਂ ਨੰਗਾ ਹੋਵੇ ਵੱਡੇ ਸਿਆਣੇ ਹੀ ਵੇ ਪਾ ਗੋਸ਼ਤ ਕੋ ਉਤੋਂ ਨੰਗਾ ਨਹੀਂ ਵੇਚਾਂਦੇ ਢਾਈ ਮਣ ਲਾਸ਼ ਬਾਜ਼ਾਰ ਚ ਕੱਲੀ ਕਿੱਥ ਗਈ ਗੈਰਤ ਅੱਜ ਅਸਾਂ ਗਈ ਵਧੇ ਚਰਨੇ ਹੈ ਮੰਛੀ ਵਧੇ ਚਰਨੇ ਹੈ ਬੱਕਰੀਆਂ ਵਧੇ ਚਰਨੇ ਹੈ ਸਾਡੀਆਂ ਹਿਸਤਾਂ ਨੁਰਾਤੇ ਗਈਆਂ ਬੈਠੀਆਂ ਤੂੰ ਕਹਤੇ ਜਣੇ ਮੈਂ ਘਰ ਹਾਂ ਇੱਜ਼ਤ ਕਹਤੇ ਜਣੇ ਨੁਰਾਤਾ ਗਈ ਬੈਠੀ ਹੈ ਗੈਰਤ ਮੁੱਕ ਨਾ ਗਈ ਜਿਨ੍ਹਾਂ ਘਰ ਤੋਂ ਬਾਹਰ ਨਿਕਲਣਾ ਉਹ ਘਰ ਬਹਿ ਗਏ ਜਿਨ੍ਹਾਂ ਘਰ ਬਣਾਈ ਉਹ ਘਰ ਤੋਂ ਬਾਹਰ ਨਿਕਲ ਗਏ ਮੋਤੀ ਮੋਤੀ ਸਾਡੇ ਬਜ਼ੁਰਗ ਬੈਠੇ ਨੇ ਮੋਤੀ ਇਵੇਂ ਕਹਿ ਨਹੀਂ ਬਣਦਾ ਆਉਂਦਾ ਮੋਤੀ ਕਿਸ ਚ ਬਣਦਾ ਹੁੰਦਾ ਸਿੱਪੀ ਚ ਸੱਚਾ ਮੋਤੀ ਕਿੱਥੋਂ ਨਿਕਲਦਾ ਸਿੱਪੀ ਚ ਹੁਣ ਤਾਂ ਸਾਰੇ ਬਾਲਾਂ ਕੋਲ ਸਿੱਪੀ ਦਾ ਹੀ ਪਤਾ ਗਏ ਨੇ ਜੱਡਣ ਦੇ ਸੋਫਟਵੇਅਰ ਆਏ ਅਸਲ ਮੋਤੀ ਕਿੱਥੋਂ ਨਿਕਲਦੀ ਸਿੱਪੀ ਚੋਂ ਤੇ ਸਿੱਪੀ ਕਿੱਥੇ ਰਹਿੰਦੀ ਹੈ ਦਰਿਆ ਦੇ ਨਹਿਰਾਂ ਦੇ ਇਹ ਦਰਿਆ ਵਿੱਚ ਰਹਿੰਦੀ ਹੈ ਨਹਿਰਾਂ 'ਚ ਰਹਿੰਦੀ ਹੈ ਸਮੁੰਦਰਾਂ 'ਚ ਰਹਿੰਦੀ ਹੈ ਇਹ ਜਿਹੜੇ ਸਿੱਪੀ ਆਪਣੇ ਵਿੱਚ ਅਸਲ ਮੋਤੀ ਪੈਦਾ ਕਰਨਾ ਚਾਹਵੇ ਨਾ ਇਹ ਸਾਹਿਲ ਦੇ ਆ ਵੈਂਦੀ ਹੈ ਯਾਨੀ ਦਰਿਆ ਦੇ ਕਿਨਾਰੇ ਦੇ ਇਹ ਪੱਗੂ ਦੇ ਕਿਨਾਰੇ ਦੇ ਇਹ ਨਹਿਰ ਦੇ ਕਿਨਾਰੇ ਦੇ ਆ ਵੈਂਦੀ ਹੈ ਜਿਹੜੇ ਬਾਰਿਸ਼ ਵਸਦੀ ਪਈ ਹੋਵੇ ਭਲਾ ਆ ਕੇ ਮੂੰਹ ਖੁਲੈਂਦੀ ਹੈ ਕਿਆ ਕਰੇਂਦੀ ਹੈ ਤਵਜੋ ਮੂੰਹ ਖੁਲੈਂਦੀ ਹੈ ਇਹ ਮੂੰਹ ਖੁਲੈਂਦੀ ਹੈ ਕਿਸਮਤ ਵਾਲਾ ਪਾਣੀ ਵਾਲਾ ਕਤਰਾ ਇਹਦੇ ਮੂੰਹ 'ਚ ਆਉਂਦੇ ਭਲਾ ਇਵੇਂ ਘੁੱਟ ਗਿੰਦੀ ਹੈ ਮੂੰਹ ਅਤੇ ਟੁੱਬੀ ਮਰੇਂਦੀ ਹੈ ਅਤੇ ਤੱਲੇ ਵੰਜਦੇ ਬਹਿ ਵੈਂਦੀ ਹੈ ਲੁੱਕ ਵੈਂਦੀ ਹੈ ਕਿਆ ਕਰਿੰਦੀ ਹੈ ਲੁੱਕ ਵੈਂਦੀ ਹੈ ਜਿਹੜੇ ਲੁੱਕਦੀ ਹੈ ਵੱਲ ਕਈ ਅਰਸੇ ਬਾਅਦ ਜਿਹੜੇ ਆਪਣਾ ਮੂੰਹ ਖੁਲੈਂਦੀ ਹੈ ਉਹਦੇ ਵਿੱਚ ਅਸਲ ਮੋਤੀ ਨਿਕਲਦਾ ਹੈ ਅਸਲ ਮੋਤੀ ਬਣਨਾ ਹੋਵੇ ਤਾਂ ਲੁਕਣਾ ਪਾਉਂਦਾ ਹੈ ਅੱਜ ਹਾਫਿਜ਼ ਕਿਉਂ ਨਹੀਂ ਜੰਮਦੇ ਪਏ ਮਾਵਾਂ ਬਾਲਾਂ ਕੋ ਅੱਜ ਹੀ ਜੀਂਦੀਆਂ ਪਈਆਂ ਨੇ ਪਰ ਅੱਗੇ ਮਾਵਾਂ ਬਾਲਾਂ ਕੋ ਜੀਂਦੀਆਂ ਹਨ ਕੁਰਾਨ ਮਜੀਦ ਅੱਧੇ ਪੜ੍ਹਦੇ ਜੰਮਦੇ ਹਨ ਅੱਜ ਮਾਵਾਂ ਬਾਲਾਂ ਕੋ ਜਾਮਣਾ ਬੰਦ ਤਾਂ ਕਹਿ ਨਹੀਂ ਕਰ ਦਿੱਤਾ ਅੱਜ ਵੀ ਔਰਤਾਂ ਬੱਚੇ ਕੋ ਜਨਮ ਦਿੰਦੀਆਂ ਪਈਆਂ ਪਰ ਬੱਚਾ ਕਿਆ ਹੈ ਅੱਜ ਜਿਹੜਾ ਹੀ ਬੱਚਾ ਜੰਮਦੇ ਮਾਂ ਦਾ ਗੁਸਤਾਖ ਪਿਓ ਦਾ ਗੁਸਤਾਖ ਪਤਾ ਚੱਲ ਗਿਆ ਜਿਹੜੀ ਮਾਂ ਤੁਰ ਰਹੀ ਬਾਜ਼ਾਰ ਉਹ ਮੋਤੀ ਕਿਦੂ ਬਣੇ ਉਹ ਦਰ ਕਿਦੂ ਬਣੇ ਉਹ ਹੀਰਾ ਤੇ ਜਵਾਹਰ ਕਿਦੂ ਬਣੇ ਅਗਰ ਹੀਰਾ ਮੋਤੀ ਲਾਲ ਬਣਨਾ ਹੋਵੇ ਤਾਂ ਸਿੱਪੀ ਲੁਕੇਂਦੀ ਏ ਸਿੱਪੀ ਦਰਸ ਕਰਤੇ ਦਸਾਰੀ ਤਾਂ ਜੇ ਤੂੰ ਹੀ ਹਾਫਿਜ਼ ਕੋ ਜਾਮਣਾ ਚਾਹਨੀ ਹੈ ਬਲ ਘਰ ਵਿੱਚ ਚਾਰ ਦੀਵਾਰੀ ਚ ਬੁਰਕਾ ਪਾ ਦੇ ਲੁਕ ਤੇ ਤੂੰ ਬਹਿ ਜਿਹੜਾ ਕੁਝ ਤੇਰੇ ਪੱਤਨ ਚ ਹੋ ਸੀ ਜਾਂ ਹਾਫਿਜ਼ ਕੁਰਾਨ ਹੋ ਸੀ ਜਾਂ ਮੁਹੰਮਦ ਦਾ ਗੁਲਾਮ ਹੋ ਸਿਆ ਚਲੋ ਇਥੋਂ ਨਾਲ ਦਾ ਗੱਲ ਤੋਂ ਸੁਣਾਵਾਂ ਜਾਂ ਡੈਡਮ ਦੀ ਗੱਲ
ਇਹ ਵੱਡਾ ਸਾਰਾ ਇੱਕ ਜਵਾਨ ਪਰ ਸੁੱਤਾ ਪਿਆ ਤੁਹਾਡੀ ਕੰਡ ਦੇ ਪਿੱਛੋਂ, ਕਿਬਲਾ ਹੈ ਆਲਮ ਨੂਰ ਮੁਹੰਮਦ ਮਹਾਰਵੀ। ਕੁੱਲ ਚਿਸ਼ਤੀਆਂ ਦਾ ਬਾਬਾ, ਬਹਰ ਕੌਰ ਏ ਮੁਸ਼ਕਿਲ ਮਰਾ ਦਸਤਗੀਰ, ਮਦਦ ਕੁਨ ਤੂੰ ਖਾਜਾ, ਮਦਦ ਕੁਨ ਤੂੰ ਖਾਜਾ ਨੂਰ ਮੁਹੰਮਦ ਪੀਰ। ਐਡਾ ਵੱਡਾ ਪੀਰ ਹੈ। ਮੈਂ ਅਗਲੀ ਮੇਰਾ ਤਜਰਬਾ ਕੀਤਾ ਬਾਬੇ ਦਾ। ਮੈਂ ਅਗਲੀ ਵਾਰ ਰਾਤ ਨੂੰ ਗਲਬਨ ਡਾ ਸਾਡੇ ਡਾਹ ਦਾ ਟਾਈਮ ਆਈ ਜਾ ਦੇ ਤਕਰੀਰ ਮੁਕਾਈਏ, ਅਤੇ ਵੱਲ ਮੈਂ ਅੱਗੇ ਪਹੁੰਚਣਾ ਆਈ, ਉਹ ਮੈਂ ਜਿਹੜੇ ਰਸਤੇ ਤੋਂ ਮੁੜਨਾ ਆਈ ਉੱਡੂ ਨਹੀਂ ਮੁੜਾ, ਪਹਿਲੇ ਮੁੜ ਗਿਆ ਅਤੇ ਵੱਡੀਆਂ ਵੱਡੀਆਂ ਮਕਾਈਆਂ ਦੇ ਵਿੱਚ ਵੜ ਗਿਆ। ਹੁਣ ਮੇਕੂ ਪਤਾ ਆਈ ਵੀ ਮੈਂ ਰਸਤਾ ਭੁੱਲ ਗਿਆ। ਹੁਣ ਕਾਕਾ ਹੀ ਕੋਈ ਗਿਆ ਨਹੀਂ, ਕੋਈ ਪਾਣੀ ਲਾਵਣ ਵਾਲੇ ਛਾਵਣ ਵਾਲੇ ਖੜ੍ਹੇ ਹੁੰਦੇ, ਚਲੋ ਪੁੱਛ ਗਿੰਦੇ। ਮੈਂ ਇਹੋ ਸ਼ੇਰ ਪੜ੍ਹੇ, ਮੈਂ ਕਿਹਾ ਬਹਰ ਕੌਰ ਏ ਮੁਸ਼ਕਿਲ ਮਰਾ ਦਸਤਗੀਰ, ਮਦਦ ਕੁਨ ਤੂੰ ਖਾਜਾ ਨੂਰ ਮੁਹੰਮਦ ਪੀਰ। ਗੱਡੀ ਉਡਹੀ ਮੁੜਦੀ ਗਈ ਹੈ ਜਿਹੜੇ ਸੜਾ ਗਈ। ਅੱਲਾਹ ਵਾਲੇ ਮਦਦ ਕਰੇ ਦੇਣ ਵਾਏ, ਅੱਲਾਹ ਵਾਲੇ ਮਦਦ ਕਰੇ ਦੇਣ। ਆਪਦੀ ਅੰਮਾ ਹਨ, ਆਪਦੀ ਅੰਮਾ, ਆਪਦੀ ਅੰਮਾ, ਅੱਲਾਹੁ ਅਕਬਰ। ਪਹਿਲੇ ਸਾਦਾ ਲੋਕ ਹੁੰਦੇ ਹਨ, ਸੋਹਣੇ ਸੋਹਣੇ ਲੋਕ ਹੁੰਦੇ ਹਨ, ਅਕੀਦੇ ਪੱਕੇ ਹੁੰਦੇ ਹਨ, ਹੈਂ ਹਾਂ, ਸੱਚੇ ਲੋਕ ਹੁੰਦੇ ਹਨ, ਸੱਚੇ ਵੱਲ ਸੁੱਚੇ। ਅੰਮਾ ਉਹਨਾਂ ਦੀ ਛੋਟੀ ਜਿਹੀ ਹਨ, 2.5 ਸਾਲ ਦੀਆਂ ਹਨ। ਔਰਤਾਂ ਗਈਆਂ ਪਾਣੀ ਭਰਨ, ਉਹ ਘੜੇ 'ਚ ਪਾਣੀਆਂ ਭਰਨ ਵੇਂਦੀਆਂ ਹਨ, ਅਤੇ ਉਹ ਬੀਬੀ ਕੋ ਨਾਲ ਗਿਣ ਕੇ ਤੁਰ ਪਈਆਂ। ਜਾਲ ਦੇ ਜਲਹੋਟੇ 'ਚ ਇੱਕ ਬਾਬਾ ਬੈਠਾ ਆਈ ਅਤੇ ਖੜਾ ਦੇ ਗਿਆ। ਔਰਤਾਂ ਆਖਾ ਅਸਾਂ ਹੀ ਥੋਂ ਲੰਘਦੀਆਂ ਹੈ, ਇਹ ਬੁੱਢੋ ਖੜਾ ਥੀ ਖੜਦੇ, ਦੇਖੂ ਇਹ ਖੜਾ ਥੀਂਦਾ ਕਹਿੰਦੇ ਵਾਸਤੇ। ਉਹ ਕਿਹਾ ਕਿ ਮਾਰਾ ਤੂੰ ਐਵੇਂ ਬਈ ਨਾ ਸੀ, ਵੱਲ ਤੂੰ ਐਵੇਂ ਬਈ ਨਾ ਸੀ। ਜਿਰੀ ਮਾਰਾ ਬੀਬੀ ਦੀ ਵਾਰੀ ਆਈ ਨਾ ਅਤੇ ਡਾਢੇ ਮੱਖੀ ਨਾ ਮਾਰੀ। ਜਿਹੜੀ ਮੇਰਾ ਛੋਟੀ ਬੀਬੀ ਨਾਲ ਆਈ ਅਤੇ ਵੱਲ ਡਾਡਾ ਜੀ ਖੜੇ ਸੀ, ਇਸਤਕਬਾਲ ਕਰ ਖੜੇ ਦੇ, ਹੱਥ ਸਿਰ ਝੁਕਾ ਲਈ, ਤਾਂ ਉਹਨੇ ਸਾਰੀਆਂ ਔਰਤਾਂ ਰਲਦੇ ਪੁੱਛਾਂ ਕਿ ਡਾਡਾ ਅਸਾਂ ਔਰਤਾਂ ਜੇ ਲਈ ਇੱਥੋਂ ਲੰਘਦੀਆਂ, ਤੂੰ ਮੱਖ ਹੀ ਨਹੀਂ ਮਰੇਂਦਾ, ਇਹ ਜੇ ਛੋਟੀ ਬੀਬੀ ਕਰਾਂ ਕਰਾਂ ਸਾਰੇ ਨਾਲ ਆਵੇ ਤਾਂ ਤੂੰ ਖੜਾ ਥੀ ਤਾਂ ਇਸਤਕਬਾਲ ਕਿਉਂ ਕਰਨੇ? ਉਹ ਕਿ ਤੁਹਾਡੇ ਵਾਸਤੇ ਇਹ ਬਾਲ ਏ, ਹੀਂਦੇ ਵਿੱਚ ਇੱਕ ਲਾਲ ਏ। ਉਹਾ ਨੂਰ ਮੁਹੰਮਦ ਪੀਰ ਦੀ ਮਾਂ ਏ। ਕਿਆ ਪਤਾ ਏ ਬਾਲ ਜਵਾਨ ਥੀ ਵੇ, ਸ਼ਾਦੀ ਥੀ ਵੇ, ਮਰ ਵਣੇ, ਔਲਾਦ ਨਾ ਥੀ ਵੇ, ਕਿ ਤੁਹਾਡੇ ਰੋਲ ਏ, ਅਸਾਂ ਸਾਰਾ ਗੁੱਡੇ ਦੇ ਬੈਠੇ। ਚਾਰ ਭਾਈ ਜੰਮੇ, ਛੋਟਾ ਖਾਜਾ ਕਿਬਲਾ ਆਲਮ ਸਿੰਘ ਜੰਮੇ, ਪੜ੍ਹਦੇ ਵਾਪਸ ਆ ਗਏ, ਜਿਹੜੇ ਆਪਣੀ ਮਸਨਤ ਤੇ ਬੈਠੇ ਪੜ੍ਹੇ ਕਹਿੰਦੇ ਕੋਲ, ਆਪਣੇ ਵੱਡੇ ਵੀਰਾ ਕੋਲੋਂ, ਹਜ਼ਰਤ ਫਖਰ ਜਹਾਂ ਸਾਈਂ ਕੋਲੋਂ, ਦਹਿਲਵੀ ਜਵਾਨ ਕੋਲੋਂ, ਵੱਡਾ ਜਵਾਨ ਹੈ ਵੇ, ਆ ਗਏ ਆਪਣੀ ਸੀਟ ਤੇ ਬੈਠੇ। ਤੇ ਉਹ ਡਾਡਾ ਜਿਹੜਾ ਕਈ ਅਰਸੇ ਤੋਂ ਜਾਲ ਦੇ ਜਲਹੋਟੇ 'ਚ ਬੈਠਾ ਸੀ, ਅਸਲ ਦੇ ਬੰਦੇ ਬਾਂਧੇ ਹੀ ਵੇਨ, ਅਸਲ ਦੇ ਬੰਦੇ ਬਾਂਧੇ ਹੀ ਵੇਨ, ਅਸਾਂ ਦਾ
ਚਿੱਟੇ ਕੱਪੜੇ ਦੇ ਖਾਲੀ ਜਾ ਪੁਰ ਕਰੋ ਜਾ ਕਰੋ ਜਾ ਕਰੋ ਜਾ ਕਰੋ ਜਾ ਚਿੱਟੇ ਕੱਪੜੇ ਦੇ ਸਲਾਮਾਂ ਦੀ ਚੱਟੀ ਬੰਦਾ ਹੁੰਦਾ ਹੀ ਉਥਾਈ ਬਾਬਾ ਜੀ ਆ ਗਏ ਜਿਲੇ ਬਾਬਾ ਜੀ ਪਹੁੰਚੇ ਆ ਫਰਮਾਇਆ ਨੂਰ ਮੁਹੰਮਦ ਤੂੰ ਏ ਉਹਨਾਂ ਕਿ ਜੀ ਆ ਆਪ ਨੇ ਫਰਮਾਇਆ ਇੱਕ ਗਾਲ ਕਰਾਂ ਮਨੇ ਸੋ ਉਹ ਕੇ ਕਈ ਉਹਨਾਂ ਕਿ ਜੱਡਣ ਮਰ ਵਈਆਂ ਜਨਾਜ਼ਾ ਦਾ ਪੜ੍ਹਾਵੇ ਕਿਆ ਕਿਆ ਜਨ ਮਰ ਵਈਆਂ ਅੱਲਾ ਕਰੇ ਜ਼ਿੰਦਗੀ ਇਸਲਾਮ ਤੇ ਹੋਵੇ ਮਰਦੇ ਵਕਤ ਖਾਤਮਾ ਈਮਾਨ ਤੇ ਹੋਵੇ ਜਨ ਮਰਾਂ ਜਨਾਜ਼ਾ ਪੜ੍ਹਾਵੇ ਕਿਬਲਾ ਆਲਮ ਸਹੀ ਫਰਮਾਇਆ ਹੁਣ ਕੋਈ ਪਤਾ ਨਹੀਂ ਤੂੰ ਪਹਿਲੇ ਜਾਂ ਮੈਂ ਪਹਿਲੇ ਆ ਕਣਗਾ ਉੱਡੇ ਡਿੱਠੀ ਬੈਠਾ ਆ ਫਰਮਾ ਤੂੰ ਸਾਈ ਡਿੱਠੀ ਬੈਠੇ ਵੇ ਦੇ ਥਾ ਮੈਂ ਹੀ ਬੈਠਾ ਉਹਨਾਂ ਕਿ ਕੋਈ ਪਤਾ ਨਹੀਂ ਕਰ ਵੇਲੇ ਆ ਫਰਮਾ ਬਸ ਮੇਰਾ ਜਨਾਜ਼ਾ ਪੜ੍ਹਾ ਖੁਦਾ ਦੀ ਕਰਨੀ ਐਸੀ ਕਿਬਲਾ ਆਲਮ ਸਿੰਘ ਦਾ ਇੰਤਕਾਲ ਥੀ ਗਿਆ ਬਾਬਾ ਬੈਠੇ ਨਹੀਂ ਅਤੇ ਕਿਬਲਾ ਆਲਮ ਸਿੰਘ ਦਾ ਇੰਤਕਾਲ ਥੀ ਗਿਆ ਯਾਨੀ ਫੌਤ ਥੀ ਗਏ ਇਲਾਕੇ ਧਾੜ ਧਾੜ ਪੈ ਗਏ ਛੋਟਾ ਜਵਾਨ ਫੌਤ ਥੀ ਗਿਆ ਵੱਡਾ ਜਵਾਨ ਹੈ ਮੌਤ ਕੋ ਸਮਝੇ ਹੈ ਗਾਫਿਲ ਇਖਤਿਤਾਮ ਜ਼ਿੰਦਗੀ ਹੈ ਇਹ ਸ਼ਾਮ ਜ਼ਿੰਦਗੀ ਸੁਬਹ ਦਵਾਮ ਜ਼ਿੰਦਗੀ ਇਕਬਾਲ ਬੇਵਰਕੇ ਬਈ ਤਰ੍ਹਾਂ ਦਿਨ ਵਾ ਦਿਨ ਫੂਲ ਬਨ ਕਰ ਆਪਣੀ ਤੁਰਬਤ ਸੇ ਨਿਕਲ ਆਤਾ ਹੈ ਯੇ ਗਾਜ਼ੀ ਇਲਮਦੀਨ ਕੋ ਕੈਦੀ ਸਮਝਦੇ ਦਫਨਾ ਰਿਤਾਨ ਹੈ ਇਹਦਾ ਇਕਬਾਲ ਉੱਠਾ ਆਇਆ ਕਿ ਕੈਦੀ ਨਹੀਂ ਇਹ ਮੁਹੰਮਦ ਦਾ ਗੁਲਾਮ ਹੈ ਫੂਲ ਬਨ ਕਰ ਆਪਣੀ ਤੁਰਬਤ ਸੇ ਨਿਕਲ ਆਤਾ ਹੈ ਯੇ ਗੋਯਾ ਕੁਬਾਏ ਜ਼ਿੰਦਗੀ ਪਾਤਾ ਹੈ ਯੇ ਲੋਕਿਆਂ ਕਾ ਪੀਰ ਸਿੰਘ ਦਾ ਇੰਤਕਾਲ ਤੀ ਗਿਆ ਡਾਡਾ ਹੀ ਟੁਰਦਾ ਟੁਰਦਾ ਆ ਗਿਆ ਸਾਰਿਆਂ ਕੋਲ ਬਾਹਰ ਨਿਕਲੋ ਮੈਂ ਪੀਰ ਦਾ ਮੂੰਡੇ ਦਾ ਪੀਰ ਦੇ ਕਾਨੇ ਚ ਦੇ ਵਾਅਦਾ ਕੀਤੇ ਹੀ ਵਾਅਦਾ ਕੀਤੇ ਹੀ ਜਨਾਜ਼ਾ ਕਹਿਣਾ ਪੜਵੇ ਸਾਂ ਕਈ ਕੋਲੋਂ ਜਬ ਤੱਕ ਤੂੰ ਕਹਿਣਾ ਪੜਿਆ ਸਾਂ ਇਹੋ ਕੋ ਜਾਗਦੇ ਬਾਬਾ ਚਲਾ ਗਿਆ ਬਾਬੇ ਦਾ ਵਕਤ ਕਰੀਬ ਆਇਆ ਵਾਂ ਕੇ ਬਾਬਾ ਇਤਨੀ ਉਮਰ ਗੁਜ਼ਾਰੀ ਬੈਠੇ ਕੋਈ ਵਸੀਅਤ ਵਾਂ ਕੇ ਬਸ ਵਸੀਅਤ ਮੇਰੀ ਇਹੋ ਕੋ ਜੇ ਭਾਵੇਂ ਤੁਸਾਂ ਮੇਕੂੰ ਧਵਾਹੇ ਤੇ ਭਾਵੇਂ ਕਫਨ ਡਿਵਾਹੇ ਤੇ ਭਾਵੇਂ ਨਾ ਡਿਵਾਹੇ ਹੇਕ ਕਰਾਹੇ ਜਨਾ ਦਾ ਰੱਖ ਡਿਵਾਹੇ ਕੋਈ ਆਤੀ ਜਨਾ ਦਾ ਪੜ੍ਹਾਵੇ ਸੀ ਆਸੀ ਜਨਾ ਦਾ ਪੜਾਉਂਗਾ ਕਿ ਕੋਈ ਜਵਾਨ ਦਾ ਦੱਸਾਂ ਹੁਆ ਕਿ ਕੋਈ ਜਵਾਨ ਹੋ ਸੀ ਉਹ ਐਸਾ ਕੋਈ ਜਵਾਨ ਹੈ ਜੇ ਕੋਈ ਛੀ ਹੱਕ ਕਲਮਾਈਆਂ ਦਾ ਜਵਾਨ ਹੈ ਇਵੇਂ ਤੇਰੀ ਡਾੜੀ ਮੁੱਛ ਜੋ ਲੱਤੀ ਅੱਪੀ ਉਹਦੇ ਭਾਅ ਕਾਹੀ ਮੇਰੇ ਕੋ ਪਰਨਾ
ਚਲੋ ਪਿਓ ਜੋ ਘੋਟ ਬਣਾ ਦੇ ਦੇਤੇ ਬੂਹੇ ਦੇ ਗਿੰਦੇ ਹੱਕੇ ਜੋ ਗਏ ਇਹ ਹੁਣ ਮੁਤੰਜਣ ਬੈਠੇ ਉਸਤਾਦ ਜੋਰਾਂ ਜੋ ਨਿਕਾਹ ਪਾਵਣ ਵਾਲੇ ਆਏ ਨੂੰ ਨਾ ਕੇ ਵਾ ਨੀਵੇਂ ਕਰ ਕੋਈ ਕਲਮਾ ਦਾ ਸੁਣਾ ਜਿਹੜੇ ਉਸਤਾਦ ਜੀ ਤੁਸੀਂ ਬਾਈ ਪਰਨੀ ਚੰਨ ਤੂੰ ਆਇਆ ਬੇਟੇ ਕਲਮਾ ਮੌਲ ਵੀ ਸੁਣਾਵੇ ਬਾਬਾ ਹਜ਼ਾਰ ਰੁਪਿਆ ਦੇਵੇ ਪੁੱਛਦੇ ਕਿਤ ਖਰਚ ਕੀਤੀ ਰੱਬ 24 ਸਾਲ ਜ਼ਿੰਦਗੀ ਦਿੱਤੀ ਹੈ ਰੱਬ ਪੁੱਛੀ ਕਿਤ ਖਰਚ ਕੀਤੀ ਹੈ ਜਬ ਮੈਂ ਕਹਿਤਾ ਹੂੰ ਮੌਲਾ ਮੇਰਾ ਹਾਲ ਦੇ तो आती है आवाज अपना नाम है आवाज सही दे नामे जिंदगियां लाओ नबी दे गुलाम बनो महफला बना दे वल पूरा साल नमाज न पढ़ी एक साल मिलाद च पढ़ाई तो बस इस्लाम जिंदा ठीक है या मिलाद है साल दे बाद आज मनाई से ना ਬੋਲੋ ਸਾਲ ਦੇ ਬਾਅਦ ਅੱਜ ਮਨਾਈ ਸੇ ਤੁਸੀਂ ਦੀਵਾਰ ਚ 5 ਦਫਾ ਮਿਲਾਦ ਪੜ੍ਹ ਸਕਦੇ ਵੇ ਜੇ 5 ਦਫਾ ਨਮਾਜ਼ ਪੜ੍ਹੋ ਜ਼ਿਆਦਾ ਬਾਬਾ ਜਨਾ ਦਾ ਕੌਣ ਪੜ੍ਹੇ ਸੀ ਰੱਖ ਦਿਵਾਏ ਖੱਟ ਇੱਕ ਕਾਕਾ ਆ ਸੀ ਜਨਾ ਦਾ ਪੜ੍ਹਾ ਇਲਾਕੇ ਚ ਹੁਲ ਹੁਲ ਪੈ ਗਈ ਉਹ ਕਿ ਉਹ ਜਿਹੜਾ ਡਾਡੇ ਨੂਰ ਮੁਹੰਮਦ ਦਾ ਬਿਸ਼ਾਰਤਾਂ ਬੇਟਾ ਦੇਂਦਾ ਹੀ ਮਰ ਗਏ ਵੇ ਆਦੇ ਜਨਾ ਦਾ ਕੋਈ ਪੜਾਵੇ ਸੀ ਉਹਨਾਂ ਕੀ ਹਿੰਦਾ ਜਨਾ ਦਾ ਪੀਰ ਪਰ ਹਮਣਾ ਉਹ ਕਿ ਪੀਰ ਮਰ ਗਏ ਉਹ ਆ ਕੇ ਉਹ ਆਦੇ ਰੱਖ ਦਿਵਾਏ ਜਨਾ ਦਾ ਕੋਈ ਆਦੀ ਪੜਾਵੇ ਤੂੰ ਆ ਕੇ ਪੱਤੇ ਵੱਲ ਮਾਸ਼ਾਅੱਲਾ ਜੱਟ ਜਲੇ ਤਫਸੀਰ ਕਰੇਂਦਾ ਬੇਟਾ ਵੇ ਮਸ਼ੀਨ ਹੀ ਕਿਤਾਬ ਨਹੀਂ ਛਪੇਂਦੀ ਗੁਸਲ ਦੇ ਦਿੱਤਾ ਗਿਆ ਕਫਨ ਪਵਾ ਦਿੱਤਾ ਗਿਆ ਅੱਲਾ ਕਰੇ ਗੁਸਲ ਦੇ ਮਣ ਵਾਲੇ ਆਪਣੇ ਹੋਵੇ ਪੂਰਾ ਬਰਸੀਨ ਦਾ ਵਿਖਾ ਵਹਾਓ ਚਾ ਦੇ ਵੱਲ ਕਈ ਬੇਕੁੜਿਓ ਚਾ ਕਿਆ ਕਰੇ ਸੀ ਵਿਘਾ ਤੁਹਾਡਾ ਬਰਸੀਨ ਹੀ ਤੁਹਾਡੀ ਪੈਸੇ ਹੀ ਤੁਹਾਡੇ ਖਰਚਾ ਹੀ ਤੁਹਾਡਾ ਫਸਲ ਹੀ ਤੁਹਾਡੀ ਕਈ ਬੇਕੁੜੇ ਵਿੱਚ ਕਿਆ ਕਰੇ ਸੀ ਬੋਲੋ ਉਜੜੇ ਸੀ ਕਿਆ ਬੇ ਦੇ ਹੱਥ ਜੋ ਫਸਲ ਦੇ ਸੋ ਉਜੜੇ ਸੀ ਬਾਬਾ ਸਾਡਾ ਹੈ ਮਰ ਗਏ ਪੁੱਤਰ ਦਾ ਕੋਈ ਬੀਆਂ ਦੇ ਹੱਥ ਦਿੱਤੀ ਬੈਠੇ ਜ਼ਮੀਨ ਦਾ ਟੋਟਾ ਪਿਉ ਬਣਾ ਦੇ ਦਿੱਤੇ ਕੋਠੀਆਂ ਪਿਉ ਬਣਾ ਦੇ ਦਿੱਤੇ ਬੰਗਲੇ ਬਾਬੇ ਬਣਾ ਦੇ ਦਿੱਤੇ ਨੌਕਰੀਆਂ ਬਾਬੇ ਲਵਾ ਦੇ ਦਿੱਤੇ ਇੱਥੋਂ ਤੱਕ ਬਾਬੇ ਕੀਤੇ ਅੱਜ ਮੇਰੇ ਬਾਬੇ ਕੋ ਦਵਾ ਮੈਨੂੰ ਖੈਰ ਤੋ ਕੁਝ ਤਾਂ ਅਸਾਂ ਪਿਉ ਨਾਲ ਵਫਾ ਕਰੂੰ ਨਾ ਬਾਬੇ ਤਾਂ ਸਾਰੇ ਵਾਸਤੇ ਸਭ ਕੁਝ ਕੀਤੇ ਅਸਾਂ ਬਾਬੇ ਵਾਸਤੇ ਕਿਆ ਕੀਤੇ ਦਵਾ ਮੈਂ ਨੀ ਬੇ ਮਾਇਣ ਵੱਲ ਹੱਥ ਲਾਵਾਂ ਜਾਂ ਵੱਲ ਬਾਬੇ ਵਾਲੇ ਜਰਾ ਧੀਮੇ ਕੋ ਜਿਮਣ ਮੈਂ ਇਹ ਖਿਲਣ ਦਾ ਮਕਾਮ ਨਹੀਂ ਬਹੁਤ ਮਰ ਵੰਜਣ ਦਾ ਮਕਾਮ ਹੈ ਤਰੇ ਮਿੰਟਾਂ ਦੇ ਬਿਨ ਔਖੇ ਸੌਖੇ ਬਰਦਾਸ਼ਤ ਕਰੋ
ਰਬੀ ਬਿਨ ਹਰਾਸ਼ ਤਾਬੀ ਹਨ, ਤਾਬੀ ਸਾਹਾਬੀ ਹੁੰਦੇ ਨੇ ਵੱਲ ਤਾਬੀ ਹੁੰਦੇ ਨੇ, ਜਿਨ੍ਹਾਂ ਈਮਾਨ ਦੀ ਹਾਲਤ ਦੇ ਨਾਲ ਨਬੀ ਸਹੀ ਕੋ ਡਿੱਠੇ ਉਹ ਸਾਹਾਬੀ ਹਨ, ਅਤੇ ਜਿਨ੍ਹਾਂ ਈਮਾਨ ਦੀ ਹਾਲਤ ਨਾਲ ਸਾਹਾਬੀਆਂ ਕੋ ਡਿੱਠੇ ਉਹ ਤਾਬੀ ਹਨ। ਐਡੋ ਵੀਰਾ ਹਨ ਰਬੀ ਰਾਬਿਆ, ਦੋਹਾਂ ਦਾ ਆਬਾ ਇੱਕੋ ਹੀ ਹਰਾਸ਼, ਜਿਹੜੇ ਰਬੀ ਹਨ, ਜਿਹੜੇ ਰਬੀ ਹਨ ਇਹ ਘਰ ਰਹਿੰਦੇ ਹਨ, ਜਿਹੜੇ ਰਾਬਿਆ ਹਨ ਇਹਨਾਂ ਕੋ ਸੈਰ ਕਰਨ ਦਾ ਬੜਾ ਸ਼ੌਕ ਹੈ, ਸੈਰੋ ਸਿਆਹਤ ਕਰਦੇ ਹਨ। ਰਬੀ ਫੌਤੀ ਗਏ ਅਤੇ ਇਹਨਾਂ ਦੀ ਜ਼ਿੰਦਗੀ ਦਾ ਮਾਮੂਲ ਆਈ, ਇਹਨਾਂ ਸਾਰੇ ਲੋਕਾਂ ਕੋ ਆਖਾਂ ਉਹ ਵੇਲੇ ਤੱਕ ਕਹਿਣਾ ਖਿਲਸਾਂ ਜਬ ਤੱਕ ਖਾਤਮਾ ਈਮਾਨ ਦੇ ਕਹਿਣਾ ਦੀ ਸੀ। ਫੌਤੀ ਗਏ ਕਾਕੇ ਗੁੱਸਾਲ ਆਏ, ਗੁੱਸਲ ਲੈਣ ਵਾਸਤੇ ਬਿਰਾ ਕੋਈ ਤਲਾ ਮਿਲ ਗਈ, ਬਿਰਾ ਡੂਡੀ ਮਾਰਾਂ ਦੇ ਬਾਅਦ ਜੋ ਆਇਆ ਅਤੇ ਡੂਡੀ ਮਾਰਾਂ ਤੱਕ ਹਜ਼ਰਤ ਰੱਬੀ ਦਾ ਜਿਸਮ ਚਾਰ ਦੀਵਾਰੀ ਦੇ ਅੰਦਰ ਚਾਰ ਪਈ ਦੇ ਉੱਤੇ ਹਵੇਲੀ ਦੇ ਵਿੱਚ ਪਿਆਰੀਆ ਦੇ ਖਿਲਦੇ ਰਹੀਏ, ਜਿਹੜਾ ਹੀ ਆਵੇ ਉਹ ਆਖੇ ਬਈ ਨਬਜ਼ ਹੀ ਨਹੀਂ ਚੱਲਦੀ, ਜਿਸਮ ਵਿੱਚ ਹਰਕਤ ਹੀ ਕਹਿ ਨਹੀਂ ਅਤੇ ਜਵਾਨ ਹੀ ਖਿਲਦਾ ਪਏ ਅਤੇ ਸਾਰਿਆਂ ਦਿਨ ਮਰ ਗਏ ਅਤੇ ਡੂੜੀ ਮਰਾਂ ਤੀ ਗਏ, ਪਾਣੀ ਮੂੰਹ ਕੁੱਲੇ ਨੇ ਇਡੂ ਨਿਕਲ ਵੇਂਦੇ, ਇਡੂ ਨਿਕਲ ਵੇਂਦੇ ਗੁੱਟੀ ਅੰਦਰ ਹੀ ਨਹੀਂ ਅਤੇ ਜਵਾਨ ਖਿਲਦਾ ਪਏ ਮਰ ਗਏ। ਕਈਆਂ ਕੇ ਜੀਂਦਾ ਹੈ, ਕਈਆਂ ਕੇ ਜੀਂਦਾ ਹੈ, ਕਈਆਂ ਕੇ ਮਰ ਗਏ, ਕਈਆਂ ਕੇ ਮਰ ਗਏ, ਕਈਆਂ ਕੇ ਜੀਂਦਾ ਹੈ। ਹਜ਼ਰਤ ਰਾਬਿਆ ਜੋ ਆਏ ਉਹਨਾਂ ਕਿਵੇਂ ਨਾ ਬਿਰਾ ਮਰ ਗਏ, ਉਹ ਕੇਵਲ ਖਿਲਦਾ ਕਿਉਂ ਪਏ, ਉਹ ਕਹਿੰਦੀ ਮੰਨਤ ਪੂਰੀ ਦੀ ਗਈ, ਮੰਨਤ ਪੂਰੀ ਦੀ ਕਿਆ ਫਰਮਾਈ ਨੇ ਮੰਨਤ ਮੰਨੀ ਆਈ, ਉਹ ਵਕਤ ਤੱਕ ਕਹਿਣਾ ਖਿਲਸਾਂ ਜਬ ਤੱਕ ਖਾਤਮਾ ਈਮਾਨ ਤੇ ਕਹਿਣਾ ਥੀ ਸੀ, ਅੱਜ ਖੁਸ਼ ਤਉਂ ਥੀਂਦਾ ਪਏ ਅਜਾ ਹੀ ਨਾ ਖਿਲਾਂ। ਨਮਾਜ਼ ਪੜ੍ਹਸੋ, ਪੜ੍ਹਸੋ ਦਾ ਹੈ, ਨਮਾਜ਼ਾਂ ਪੜ੍ਹੀਆਂ ਕਰੋ, ਫਰਜ਼ ਨਮਾਜ਼ ਮਸੀਤ 'ਚ ਪੜ੍ਹੀ ਕਰੋ, ਸੁਨਤਾਂ ਨਫਲੀ ਘਰ ਆ ਪੜ੍ਹੀਆਂ ਕਰੋ, ਤਾਂ ਕਿ ਬਾਲ ਦੇਖਣ ਜੋ ਅੱਬਾ ਡਿੰਗਾ ਡੋੜਾ ਥੀਂਦਾ ਖੜੇ ਅਸਾਂ ਇਵੇਂ ਕਰੋ, ਸਾਡੇ ਬਾਲ ਵੱਡੇ ਸਿਆਣੇ ਆਉਂਦੇ ਨੇ ਸਾਡੇ, ਅਸਾਂ ਇਵੇਂ ਵੱਡਾ ਡੰਮ ਦੇ ਤਾਸ਼ ਦਾ ਹੁਣ ਬਣਿਆ ਮਿਲ ਵੇਂਦੇ ਅਤੇ ਸਾਡੇ ਬਾਲ ਵੱਲੋਂ ਸਿਗਰਟ ਦੀਆਂ ਉਹ ਹਾਂ ਉਹ ਬੰਨੀਆਂ ਲਾ ਲਾ ਦੇ ਖੋਦੇ ਵੱਲ ਉਵੇਂ ਬਣੇ ਹੁੰਦੇ ਬਈ ਅੱਬੇ ਤਾਂ ਚਲੋ ਪੈਸੇ ਲੱਗਦੇ ਨੇ, ਹੁਣ ਚਲੋ ਅਸਾਂ ਈ ਚ ਕਰੋ, ਯਾਨੀ ਛੋਟਾ ਬਾਲ ਵੱਡਿਆਂ ਕੋਲੋਂ ਅਸਰ ਗਿੰਦੇ, ਜਿਵੇਂ ਵੱਡੇ ਕਰੇ ਦਿਨ ਛੋਟੇ ਉਵੇਂ ਕਰੇ ਦਿਨ ਵੱਲ, ਜਲੇ ਅੱਬਾ ਘਰ 'ਚ ਕਈ ਵੇਲੇ ਕਿਆਮ 'ਚ, ਕਈ ਵੇਲੇ ਰਕੂ 'ਚ, ਕਈ ਵੇਲੇ ਸਜੂਦ 'ਚ, ਵੱਲ ਬਾਲ ਆਖਦੇ ਨੇ ਆਵੋ ਬਈ ਜਿਵੇਂ ਅੱਬਾ ਖੜਾ ਕਰੇਂਦਾ ਹੀ ਤਾਂ। ਹਜ਼ਰਤ ਮੋਇਨੁਦੀਨ ਚਿਸ਼ਤੀ ਅੱਜ ਮੇਰੀ ਸਰਕਾਰ ਮਿਲਾਦ ਪੜ ਗਈ ਤੀ, ਮਿਲਾਦ ਪੜਦੇ ਜਿਵੇਂ ਵਾਪਸ ਗਏ, ਬਾਲ ਖੜੇ ਹੋਏ ਰੇਤ ਦੇ ਟਿੱਬੇ ਦੇ ਉੱਤੇ, ਹਿੱਕ ਇਵੇਂ ਹੱਥ ਬੱਧੀ ਕੜਾ ਹੋਵੇ ਤਾਂ ਬੀਆ ਸੁਭਾਨ ਲਾਈ ਲਾਈ ਬੈਠੇ ਤਾਂ ਬੀਆ ਹੈ ਕਾਕ ਇਵੇਂ ਰੇਤ ਦੇ ਵਿੱਚ ਲੱਕੜ ਖੜਾ ਮਰਿੰਦਾ ਹੋਵੇ। ਹਜ਼ਰਤ ਮੋਇਨੁਦੀਨ ਚਿਸ਼ਤੀ ਅੱਜ ਮੇਰੀ ਸਰਕਾਰ ਫਰਮਾਇਆ ਉਹ ਮਿਲਾਦ ਹੀ ਪੜੇ ਵੇ, ਇਹ ਸੁਣੋ, ਮੋਇਨੁਦੀਨ ਚਿਸ਼ਤੀ ਅੱਜ ਮੇਰੀ ਸਿੰਘ ਕਹੀ ਆਖ ਸੋਹਣਿਆ ਖੇਡ ਬਣਾਈ ਖੜੇ, ਆ ਫਰਮਾਇਆ ਖੇਡ ਕਹਿ ਨਹੀਂ ਬਣਾਈ ਖੜੇ ਮੁਹੰਮਦ ਕੋ ਸਡਵਾਈ ਕਰੇ, ਆਪ ਹੀ ਮੈਂ ਸਾਰੇ ਜਿਤਨੇ ਖਲੀਫੇ ਹਨ ਆਖਿਰ ਬਾਬਾ ਹੈ ਬਹਿ ਗਏ
ਬਾਲਾ ਆਪਣੀਆਂ ਤਕਰੀਰਾਂ ਕਰ ਕੇ ਦੀਆਂ, ਸਲਾਮ ਪੜ੍ਹ ਕੇ ਦਾ, ਦੁਆਈ ਮੰਗ ਕੇ ਦੀਆਂ, ਹੁਣ ਲੰਗਰ ਵੰਡਾਵਣ ਦੀ ਰੋਏ, ਮਰੇ ਦੇ ਖੇਡ ਬਣਾਈ ਖੜੇ ਬਾਲਾਂ ਦੀ, ਉਹਦੀ ਤਾਂ ਖੇਡ ਹੈ ਬਾਜੀ, ਮੈਂ ਲੱਕੜ ਜੋ ਮਰੇ ਦੇ ਖੜਿਆਂ ਦੇ ਮੈਂ ਬਾਲ ਇਵੇਂ ਝੋਲਿਆਂ ਅਡੇਂਦੇ ਆਏ ਅਤੇ ਲੈਣ 'ਚ ਹਜ਼ਰਤ ਮੋਈਨੁਦੀਨ ਚਿਸ਼ਤੀ ਅਜਮੇਰੀ ਲੱਗ ਗਏ, ਉਹਨਾਂ ਆ ਕੇ ਉਹ ਫਕੀਰ ਦੇ ਫਕੀਰ ਰਹੀ ਹੋ ਉਹ ਭੋਲਾ ਦੇ ਆਪਣੀ ਝੋਲੀ ਨੇ, ਚਲੋ ਪਤਾ ਲੱਗ ਪਏ ਸੀ ਏਡੋ ਗਾਰਾ ਪਤਾ ਨੇ ਅੱਗਾਂ ਜੋ ਟੁਰੇ ਗਾਰਾ ਨਾ ਹੀ ਸੋਨੇ ਦੀਆਂ ਸਿੱਲਾਂ ਹਨ, ਦਿਲ ਚਾਹੁੰਦੇ ਬੋਲੂ ਖੜੇ, ਜਿਤਨਾ ਵਕਤ ਦਿੱਤਾ ਗਿਆ ਹੈ ਉਹ ਵਕਤ ਸਾਲਿਮ ਪੂਰਾ ਥੀ ਗਿਆ, ਮੁਕੰਮਲ ਥੀਆ, ਕੋਸ਼ਿਸ਼ ਕੀਤਾ ਕਰੋ ਆਪਣੀ ਔਲਾਦਾਂ ਕੋ ਦੀਨ ਇਸਲਾਮ ਦੀ ਤਰਫ ਰਾਗਿਬ ਕਰੋ, ਕੁਰਾਨ ਪੜ੍ਹੋ, ਦੀਨ ਇਸਲਾਮ ਦੇ ਮਸਲਿਆਂ ਤੋਂ ਵਾਕਫੀਅਤ ਹਾਸਿਲ ਕਰੋ, ਸਾਡੇ ਮਦਰਸੇ ਉਜੜਦੇ ਪੈਣ ਆਬਾਦ ਕਰੋ, ਆਪਣੇ ਬਾਲਾਂ ਕੋ ਆਪਣੇ ਮਦਰਸਿਆਂ ਵਿੱਚ ਪੜ੍ਹਾਓ, ਦੀਨ ਇਸਲਾਮ ਦੀ ਤਾਲੀਮ ਦਿਵਾਓ। ਓਏ ਮਰ ਜੋ ਪਉ ਇੱਕ ਖੀਰ ਦਾ ਗਿਲਾਸ, ਇੱਕ ਪਾਣੀ ਦਾ ਗਿਲਾਸ, ਇੱਕ ਮਨ ਥੱਪ ਦੇ, ਚਲੋ ਖਤਮ ਦਾ ਆਪ ਹੀ ਪੜ੍ਹੇ ਜਾ, ਜਨਨ ਪੁੱਤਰ ਆਪ ਖਤਮ ਪੜ੍ਹਦਾ ਬੈਠਾ ਹੋ ਸੀ, ਮੈਂ ਤੁਹਾਡੇ ਕੋਲ ਪੁੱਛਦਾ ਅੱਬੇ ਦੀ ਰੂਹ ਠਰਦੀ ਨਾ ਪਈ ਹੋ ਸੀ, ਸਾਡੇ ਪਾਸੇ ਖਤਮ ਪੜ੍ਹਨ ਵਾਲਾ ਉਹ ਪੜ੍ਹਦੇ, ਤੁਸਾਂ ਦਿੱਤਾ ਮੈਂ ਗਿਆ, ਤੁਸਾਂ ਦਿੱਤਾ ਮੈਂ ਗਿਆ, ਤੁਸਾਂ ਬੈਠੇ ਮੈਂ ਗਿਆ, ਅਰਵਾ ਸਾਡਿਆਂ ਦੀ ਭੇਣ ਮੋਈ ਤੁਹਾਡਿਆਂ ਦੀ, ਮੂੰਹ ਦੇ ਹੱਥ ਅਤੇ ਪੱਛਾ ਰਾਤ ਵੱਤ। ਹੁਣ ਮੈਂ ਤੁਹਾਡੇ ਕੋਲ ਪੁੱਛਦਾ ਬਈ ਖਰਚਾ ਸਾਰਾ ਤੁਹਾਡਾ ਦੇ, ਅਸਾਂ ਚੁੱਪ ਕਰਦੇ ਬੈਠੇ ਆ ਦਿਓ, ਅਸਾਂ ਹੁਣ ਆਪਣਿਆਂ ਕੋਲ ਬੈਠੇ ਬਖਸ਼ਿੰਦੇ ਹੋ, ਤੁਸੀਂ ਤਾਂ ਖੁਸ਼ ਹੋ ਸੋ। ਅਤੇ ਮੈਂ ਪਹਿਲੇ ਅਰਜ਼ ਕੀਤਾ ਫਸਲ ਆਪਣੀ ਜੇ ਕਈ ਬੇ ਦੇ ਹੱਥ 'ਚ ਦੇ ਸੋ ਉਜਾੜਾ ਕਰੇ ਸਨ, ਤੋ ਸਹੀ ਆਪਣੇ ਬਜ਼ੁਰਗਾਂ ਵਾਸਤੇ ਕੁੱਲ ਕਲਾਂ, ਓਏ ਬੀ ਆਈ ਕੁਝ ਨਾ ਆਵੇ, ਬਿਸਮਿਲਾ ਦਾ ਆਉਂਦੀ ਹੋ ਸੀ ਯਾਰ, ਓ ਯਾਰ ਬੀ ਆਈ ਕੁਝ ਨਾ ਆਵੇ, ਅੱਲਾ ਅੱਲਾ ਦਾ ਆਉਂਦੀ ਹੈ, ਓਏ ਬੀ ਆਈ ਕੁਝ ਨਾ ਆਵੇ, ਸੁਭਾਣ ਵਾਲਾ ਹੀ ਆਉਂਦੀ ਹੈ, 33 ਦਫ਼ਾ ਸੁਭਾਣ ਵਾਲਾ ਪੜ੍ਹੋ, ਚਾ ਗਿਲਾਸ ਖੀਰ ਦਾ ਹੀ ਰੱਖੋ, ਚਾ ਪਾਣੀ ਦਾ ਗਿਲਾਸ ਹੀ ਰੱਖੋ, ਚਾ ਸਵੇਰੇ ਨਾਸ਼ਤਾ ਕਰਨ ਲੱਗੋ, ਦੁਪਹਿਰੇ ਨੇ ਖਾਵਣ ਲੱਗੋ, ਰਾਤ ਕੋਈ ਜਲੇ ਰੋਟੀ ਖਾਵਣ ਲੱਗੋ, ਇਹੋ ਕੁਝ ਪੜ੍ਹਦੇ ਤੇ ਅੱਲਾ ਦੀ ਪਾਕ ਬਰਗਾ ਚ ਅੱਜ ਕਰੋ, ਚਾ ਅੱਲਾ ਤੁਸੀਂ ਆਪਣੇ ਪਿਆਰਿਆਂ ਕੋਈ ਸਵਾਬ ਦੇ ਚਾਹ ਤੇ ਸਾਡਿਆਂ ਕੋਈ ਸਵਾਬ ਦੇ ਚਾ, ਰੋਟੀ ਦਾ ਲੁਕਮਾ ਖਾਓ ਚਾ, ਇੱਡੂ ਜਿਸਮੀ ਰਾਜ਼ੀ ਉਡੂ ਬਜ਼ੁਰਗਾਂ ਦੀ ਰੂਹ ਹੀ ਰਾਜ਼ੀ। ਵਾ ਆਖਿਰ ਦਾਵਾਨਾ ਅਲਹਮਦੁਲਿਲਾਹ।